ਤੁਸੀਂ ਜੁੜੇ ਹੋਏ ਹੋ ਆਕਾਸ਼ ਵਾਣੀ ਜਲੰਧਰ ਦੇ YouTube ਚੈਨਲ ਨਾਲ ਪੇਸ਼ ਹੈ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੀ ਜਨਤਾ ਨਾਲ ਸਾਂਝੀ ਕੀਤੀ ਗਈ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ਕਸ਼ ਆਕਾਸ਼ ਵਾਣੀ ਜਲੰਧਰ ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ ਅੱਜ 26 ਜੁਲਾਈ ਹੈ ਤੇ ਅੱਜ ਦਾ ਦਿਨ ਬਹੁਤ ਖਾਸ ਹੈ ਅੱਜ ਕਾਰਗਿਲ ਵਿਜੇ ਦਿਵਸ ਹੈ 21 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਾਰਗਿਲ ਦੇ ਯੁੱਧ ਵਿੱਚ ਸਾਡੀ ਫੌਜ ਨੇ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਇਆ ਸੀ ਸਾਥੀਓ ਕਾਰਗਿਲ ਦਾ ਯੁੱਧ ਜਿਨ੍ਹਾਂপরিসਥਿਤੀਆਂ ਵਿੱਚ ਹੋਇਆ ਸੀ ਉਹ ਭਾਰਤ ਕਦੇ ਭੁੱਲ ਨਹੀਂ ਸਕਦਾ ਪਾਕਿਸਤਾਨ ਨੇ ਵੱਡੇ ਵੱਡੇ ਮਨਸੂਬੇ ਪਾਲ ਕੇ ਭਾਰਤ ਦੀ ਧਰਤੀ ਹਥਿਆਉਣ ਤੇ ਆਪਣੇ ਉਥੇ ਚੱਲ ਰਹੇ ਅੰਦਰੂਨੀ ਕਲੇਸ਼ ਤੋਂ ਧਿਆਨ ਭਟਕਾਉਣ ਨੂੰ ਲੈ ਕੇ ਗੁਸਤਾਖੀ ਕੀਤੀ ਸੀ ਭਾਰਤ ਉਦੋਂ ਪਾਕਿਸਤਾਨ ਨਾਲ ਚੰਗੇ ਸਬੰਧਾਂ ਦੀ ਕੋਸ਼ਿਸ਼ ਕਰ ਰਿਹਾ ਸੀ ਲੇਕਿਨ ਕੀ ਆਂਦਾ ਹੈ ਨਾ ਬੈਰੂ ਆਕਾਰਣ ਸਭ ਕਾਹੂ ਸੋ ਜੋ ਕਰ ਹਿੱਤ ਅਨਹਿਤ ਤਾਹੂ ਸੋ ਯਾਨੀ ਦੁਸ਼ਟ ਦਾ ਸੁਭਾਅ ਹੀ ਹੁੰਦਾ ਹੈ ਹਰ ਕਿਸੇ ਨਾਲ ਬਿਨਾਂ ਵਜ੍ਹਾ ਦੁਸ਼ਮਣੀ ਕਰਨਾ ਅਜਾਏ ਸੁਭਾ ਦੇ ਲੋਕ ਜੋ ਹਿੱਤ ਕਰਦਾ ਉਸ ਦਾ ਵੀ ਨੁਕਸਾਨ ਹੀ ਸੋਚਦੇ ਨੇ ਇਸ ਲਈ ਭਾਰਤ ਦੀ ਦੋਸਤੀ ਦੇ ਜਵਾਬ ਵਿੱਚ ਪਾਕਿਸਤਾਨ ਵੱਲੋਂ ਪਿੱਠ ਵਿੱਚ ਛੁਰਾ ਮਾਰਨ ਦੀ ਕੋਸ਼ਿਸ਼ ਹੋਈ ਸੀ ਲੇਕਿਨ ਉਸ ਤੋਂ ਬਾਅਦ ਭਾਰਤ ਦੀ ਵੀਰ ਫੌਜ ਨੇ ਜੋ ਬਹਾਦਰੀ ਦਿਖਾਈ ਭਾਰਤ ਨੇ ਆਪਣੀ ਜੋ ਤਾਕਤ ਵਿਖਾਈ ਉਸ ਨੂੰ ਪੂਰੀ ਦੁਨੀਆ ਨੇ ਵੇਖਿਆ ਤੁਸੀਂ ਕਲਪਨਾ ਕਰ ਸਕਦੇ ਹੋ ਉੱਚੇ ਪਹਾੜਾਂ ਤੇ ਬੈਠਾ ਹੋਇਆ ਦੁਸ਼ਮਨ ਤੇ ਹੇਠਾਂ ਤੋਂ ਲੜ ਰਹੀਆਂ ਸਾਡੀਆਂ ਫੌਜਾਂ ਸਾਡੇ ਵੀਰ ਜਵਾਨ ਲੇਕਿਨ ਜਿੱਤ ਪਹਾੜ ਦੀ ਉਚਾਈ ਦੀ ਨਹੀਂ ਭਾਰਤ ਦੀਆਂ ਫੌਜਾਂ ਦੇ ਉੱਚੇ ਹੌਂਸਲੇ ਤੇ ਸੱਚੀ ਵੀਰਤਾ ਦੀ ਹੋਈ ਸਾਥੀਓ ਇਸ ਵੇਲੇ ਮੈਨੂੰ ਵੀ ਕਾਰਗਿਲ ਜਾਣ ਤੇ ਸਾਡੇ ਜਵਾਨਾਂ ਦੀ ਵੀਰਤਾ ਦੇ ਦਰਸ਼ਨ ਦਾ ਸੁਭਾਗ ਮਿਲਿਆ ਉਹ ਦਿਨ ਮੇਰੇ ਜੀਵਨ ਦੇ ਸਭ ਤੋਂ ਅਨਮੋਲ ਪਲਾਂ ਵਿੱਚੋਂ ਇੱਕ ਹੈ ਮੈਂ ਵੇਖ ਰਿਹਾ ਕਿ ਅੱਜ ਸਾਰੇ ਦੇਸ਼ ਵਿੱਚ ਲੋਕ ਕਾਰਗਿਲ ਵਿਜੇ ਨੂੰ ਯਾਦ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਇੱਕ ਹੈਸ਼ਟੈਗ ਕਰੇਜ ਇਨ ਕਾਰਗਿਲ ਦੇ ਨਾਲ ਲੋਕ ਆਪਣੇ ਜਵਾਨਾਂ ਨੂੰ ਨਮਨ ਕਰ ਰਹੇ ਨੇ ਜੋ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਮੈਂ ਅੱਜ ਸਾਰੇ ਦੇਸ਼ ਵਾਸੀਆਂ ਵੱਲੋਂ ਸਾਡੇ ਇਨ੍ਹਾਂ ਬਹਾਦਰ ਜਵਾਨਾਂ ਦੇ ਨਾਲ ਨਾਲ ਉਹਨਾਂ ਵੀਰ ਮਾਤਾਵਾਂ ਨੂੰ ਨਮਨ ਕਰਦਾ ਜਿਨ੍ਹਾਂ ਨੇ ਮਾਂ ਭਾਰਤੀ ਦੇ ਸੱਚੇ ਸਬੂਤਾਂ ਨੂੰ ਜਨਮ ਦਿੱਤਾ। ਮੇਰਾ ਦੇਸ਼ ਦੇ ਨੌਜਵਾਨਾਂ ਨੂੰ ਅਨੁਰੋਧ ਹੈ ਕਿ ਅੱਜ ਦਿਨ ਪਰ ਕਾਰਗਿਲ ਵਿਜੇ ਨਾਲ ਜੁੜੇ ਸਾਡੇ ਜਾਂਬਾਜ਼ਾਂ ਦੀਆਂ ਕਹਾਣੀਆਂ, ਵੀਰ ਮਾਤਾਵਾਂ ਦੇ ਤਿਆਗ ਦੇ ਬਾਰੇ ਵਿੱਚ ਇੱਕ ਦੂਜੇ ਨੂੰ ਦੱਸੋ, ਸ਼ੇਅਰ ਕਰੋ। ਮੈਂ ਸਾਥੀਓ ਤੁਹਾਨੂੰ ਇੱਕ ਅਨੁਰੋਧ ਕਰਦਾ ਅੱਜ ਇੱਕ ਵੈਬਸਾਈਟ ਹੈ www. gallantryawards.gov.in ਤੁਸੀਂ ਇਸ ਨੂੰ ਜ਼ਰੂਰ ਵਿਜ਼ਿਟ ਕਰੋ ਉੱਥੇ ਤੁਹਾਨੂੰ ਸਾਡੇ ਵੀਰ ਬਹਾਦਰ ਯੋਧਿਆਂ ਦੇ ਬਾਰੇ ਉਹਨਾਂ ਦੀ ਬਹਾਦਰੀ ਦੇ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਪ੍ਰਾਪਤ ਹੋਣਗੀਆਂ ਤੇ ਉਹ ਜਾਣਕਾਰੀਆਂ ਜਦੋਂ ਤੁਸੀਂ ਆਪਣੇ ਸਾਥੀਆਂ ਦੇ ਨਾਲ ਚਰਚਾ ਕਰੋਗੇ ਉਹਨਾਂ ਦੇ ਲਈ ਵੀ ਪ੍ਰੇਰਣਾ ਦਾ ਕਾਰਨ ਬਣਨਗੀਆਂ ਤੁਸੀਂ ਜ਼ਰੂਰ ਇਸ ਵੈੱਬਸਾਈਟ ਨੂੰ ਵਿਜ਼ਿਟ ਕਰੋ ਤੇ ਮੈਂ ਤੇ ਕਹਾਂਗਾ ਵਾਰ-ਵਾਰ ਕਰੋ ਸਾਥਿਓ ਕਾਰਗਿਲ ਯੁੱਧ ਸਮੇ ਅਟਲ ਜੀ ਨੇ ਲਾਲ ਕਿਲੇ ਤੋਂ ਜੋ ਕਿਆ ਸੀ ਉਹ ਅੱਜ ਵੀ ਸਾਡੇ ਸਾਰਿਆਂ ਦੇ ਲਈ ਬਹੁਤ ਪ੍ਰਸੰਗਿਕ ਹੈ ਅਟਲ ਜੀ ਨੇ ਉਦੋਂ ਦੇਸ਼ ਨੂੰ ਗਾਂਧੀ ਜੀ ਦੇ ਇੱਕ ਮੰਤਰ ਦੀ ਯਾਦ ਦਿਵਾਈ ਸੀ ਮਹਾਤਮਾ ਗਾਂਧੀ ਦਾ ਮੰਤਰ ਸੀ ਕਿ ਜੇਕਰ ਕਿਸੇ ਨੂੰ ਕੋਈ ਦੁਵਿਧਾ ਹੋਵੇ ਕਿ ਉਹ ਕੀ ਕਰੇ ਤੇ ਕੀ ਨਾ ਕਰੇ ਤਾਂ ਉਸ ਨੂੰ ਭਾਰਤ ਦੇ ਸਭ ਤੋਂ ਗਰੀਬ ਤੇ ਬੇਸਹਾਰਾ ਵਿਅਕਤੀ ਦੇ ਬਾਰੇ ਸੋਚਣਾ ਚਾਹੀਦਾ ਹੈ ਉਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਜੋ ਕਰਨ ਜਾ ਰਿਹਾ ਹੈ ਉਸ ਨਾਲ ਉਸ ਵਿਅਕਤੀ ਦੀ ਭਲਾਈ ਹੋਏਗੀ ਜਾਂ ਨਹੀਂ ਹੋਏਗੀ ਗਾਂਧੀ ਜੀ ਦੇ ਇਸ ਵਿਚਾਰ ਤੋਂ ਅੱਗੇ ਵਧ ਕੇ ਅਟਲ ਜੀ ਨੇ ਕਿਹਾ ਸੀ ਕਿ ਕਾਰਗਿਲ ਯੁੱਧ ਨੇ ਸਾਨੂੰ ਇੱਕ ਦੂਸਰਾ ਮੰਤਰ ਦਿੱਤਾ ਹੈ ਇਹ ਮੰਤਰ ਸੀ ਕਿ ਕੋਈ ਮਹੱਤਵਪੂਰਨ ਫੈਸਲਾ ਕਰਨ ਤੋਂ ਪਹਿਲਾਂ ਅਸੀਂ ਇਹ ਸੋਚੀਏ ਕਿ ਕੀ ਸਾਡਾ ਇੱਕ ਕਦਮ ਉਸ ਸੈਨਿਕ ਦੇ ਸਨਮਾਨ ਦੇ ਅਨੁਰੂਪ ਹੈ ਜਿਸ ਨੇ ਉਹਨਾਂ ਦੁਰਗਮ ਪਹਾੜੀਆਂ ਵਿੱਚ ਆਪਣੇ ਪ੍ਰਾਣਾਂ ਦੀ ਬਲੀ ਦੇ ਦਿੱਤੀ ਸੀ ਆਓ ਅਟਲ ਜੀ ਦੀ ਆਵਾਜ਼ ਵਿੱਚ ਹੀ ਉਹਨਾਂ ਦੀ ਇਸ ਭਾਵਨਾ ਨੂੰ ਅਸੀਂ ਸੁਣੀਏ ਸਮਝੀਏ ਤੇ ਸਮੇਂ ਦੀ ਮੰਗ ਹੈ ਕਿ ਅਸੀਂ ਉਸ ਨੂੰ ਸਵੀਕਾਰ ਕਰੀਏ ਹਮ ਸਭੀ ਕੋ ਯਾਦ ਹੈ ਕਿ ਗਾਂਧੀ ਜੀ ਨੇ ਹਮੇ ਇੱਕ ਮੰਤਰ ਦਿਆ ਥਾ ਉਹਨਾਂ ਨੇ ਕਿਹਾ ਥਾ ਕਿ ਜੇ ਕੋਈ ਦੁਵਿਧਾ ਹੋ ਕਿ ਤੁਮੇ ਕੀ ਕਰਨਾ ਹੈ ਤਾਂ ਤੂੰ ਭਾਰਤ ਕੇ ਉਸ ਸਭ ਸੇ ਅਸਹਾਇ ਵਿਅਕਤੀ ਕੇ ਬਾਰੇ ਮੈਂ ਸੋਚੋ और स्वयं से पूछो कि क्या तुम जो करने जा रहे हो उससे उस व्यक्ति की भलाई होगी कारगिल ने हमें दूसरा मंत्र दिया है कोई महत्वपूर्ण निर्णय लेने से पहले हम ये सोचें कि क्या हमारा यह कदम उस सैनिक के सम्मान के अनुरूप है जिसने उन दुर्गम पहाड़ियों में अपने प्राणों की आहुति दी थी साथियों युद्ध की हालत विच अल कहने कर दे ਸਰਹੱਦ ਤੇ ਡਟੇ ਸੈਨਿਕ ਦੇ ਮਨੋਬਲ ਤੇ ਉਸ ਦੇ ਪਰਿਵਾਰ ਦੇ ਮਨੋਬਲ ਤੇ ਬਹੁਤ ਡੂੰਘਾ ਅਸਰ ਪੈਂਦਾ ਹੈ ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਤੇ ਇਸ ਲਈ ਸਾਡਾ ਆਚਾਰ ਸਾਡਾ ਵਤੀਰਾ ਸਾਡੀ ਬਾਣੀ ਸਾਡੇ ਬਿਆਨ ਸਾਡੀ ਮਰਿਆਦਾ ਸਾਡੇ ਟੀਚੇ ਸਭ ਕੁਝ ਕਸੌਟੀ ਵਿੱਚ ਜ਼ਰੂਰ ਰਹਿਣਾ ਚਾਹੀਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ ਕਹਿ ਰਹੇ ਹਾਂ ਉਸ ਨਾਲ ਸੈਨਿਕਾਂ ਦਾ ਮਨੋਬਲ ਵਧੇ ਉਨਾ ਦਾ ਸਨਮਾਨ ਵਧੇ ਰਾਸ਼ਟਰ ਸਭ ਤੋਂ ਉੱਪਰ ਦੇ ਮੰਤਰ ਨਾਲ ਇਕਤਾ ਦੇ ਸੂਤਰ ਵਿੱਚ ਬੰਨੇ ਦੇਸ਼ਵਾਸੀ ਸਾਡੇ ਸੈਨਿਕਾਂ ਦੀ ਤਾਕਤ ਨੂੰ ਕਈ ਹਜ਼ਾਰਾਂ ਗੁਣਾ ਵਧਾ ਦਿੰਦੇ ਨੇ ਸਾਡੇ ਇੱਥੇ ਤਾਂ ਕਿਹਾ ਗਿਆ ਹੈ ਸੰਘੇਸ਼ਕਤੀ ਕਲੋ ਯੁਗੇ ਕਦੇ-ਕਦੇ ਅਸੀਂ ਇਸ ਗੱਲ ਨੂੰ ਸਮਝੇ ਬਿਨਾ ਸੋਸ਼ਲ ਮੀਡੀਆ ਤੇ ਕਈ ਅਜਈਆਂ ਚੀਜ਼ਾਂ ਨੂੰ ਵਧਾਵਾ ਦੇ ਦਿੰਨੇ ਆ ਜੋ ਸਾਡੇ ਦੇਸ਼ ਦਾ ਬਹੁਤ ਨੁਕਸਾਨ ਕਰਦੀਆਂ ਨੇ ਕਦੇ-ਕਦੇ ਜਿਗਿਆਸਾ ਕਾਰਨ ਫਾਰਵਰਡ ਕਰਦੇ ਰਹਿੰਨੇ ਆ ਪਤਾ ਹੈ ਗਲਤ ਹੈ ਕਰਦੇ ਰਹਿੰਨੇ ਆ ਅੱਜਕੱਲ ਯੁੱਧ ਸਿਰਫ ਸਰਹੱਦਾਂ ਤੇ ਹੀ ਨਹੀਂ ਲੜੇ ਜਾਂਦੇ ਦੇਸ਼ ਵਿੱਚ ਵੀ ਕਈ ਮੋਰਚਿਆਂ ਤੇ ਇੱਕੋ ਵੇਲੇ ਲੜਿਆ ਜਾਂਦਾ ਹੈ ਤੇ ਹਰ ਦੇਸ਼ ਵਾਸੀ ਨੇ ਉਸ ਵਿੱਚ ਆਪਣੀ ਭੂਮਿਕਾ ਤੈਅ ਕਰਨੀ ਹੁੰਦੀ ਹੈ ਸਾਨੂੰ ਵੀ ਆਪਣੀ ਭੂਮਿਕਾ ਦੇਸ਼ ਦੀ ਸਰਹੱਦ ਤੇ ਮੁਸ਼ਕਿਲ ਹਾਲਾਤ ਵਿੱਚ ਲੜ ਰਹੇ ਸੈਨਿਕਾਂ ਨੂੰ ਯਾਦ ਕਰਦੇ ਹੋਏ ਤੈਅ ਕਰਨੀ ਹੋਏਗੀ ਮੇਰੇ ਪਿਆਰੇ ਦੇਸ਼ ਵਾਸੀਓ ਪਿਛਲੇ ਕੁਝ ਮਹੀਨਿਆਂ ਤੋਂ ਪੂਰੇ ਦੇਸ਼ ਨੇ ਇਕਜੁੱਟ ਹੋ ਕੇ ਜਿਸ ਤਰ੍ਹਾਂ ਨਾਲ ਕਰੋਨਾ ਦਾ ਮੁਕਾਬਲਾ ਕੀਤਾ ਉਸ ਨੇ ਅਨੇਕ ਸੰਖਿਆ ਨੂੰ ਗਲਤ ਸਾਬਿਤ ਕਰ ਦਿੱਤਾ ਹੈ ਅੱਜ ਸਾਡੇ ਦੇਸ਼ ਵਿੱਚ ਰਿਕਵਰੀ ਰੇਟ ਹੋਰ ਦੇਸ਼ਾਂ ਦੇ ਮੁਕਾਬਲੇ ਬਿਹਤਰ ਹੈ ਨਾਲ ਹੀ ਸਾਡੇ ਦੇਸ਼ ਵਿੱਚ ਕਰੋਨਾ ਨਾਲ ਮੌਤ ਦਰ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨਾਲੋਂ ਕਾਫੀ ਘੱਟ ਹੈ ਨਿਸ਼ਚਿਤ ਰੂਪ ਵਿੱਚ ਇੱਕ ਵੀ ਵਿਅਕਤੀ ਨੂੰ ਗਵਾਉਣਾ ਦੁਖਦਾਈ ਹੈ ਪਰ ਭਾਰਤ ਆਪਣੇ ਲੱਖਾਂ ਦੇਸ਼ਵਾਸੀਆਂ ਦਾ ਜੀਵਨ ਬਚਾਉਣ ਵਿੱਚ ਸਫਲ ਵੀ ਰਿਹਾ ਹੈ ਪਰ ਸਾਥੀਓ ਕੋਰੋਨਾ ਦਾ ਖਤਰਾ ਟਲਿਆ ਨਹੀਂ ਹੈ ਕਈ ਥਾਨਾਂ ਤੇ ਇਹ ਤੇਜ਼ੀ ਨਾਲ ਫੈਲ ਰਿਹਾ ਹੈ ਸਾਨੂੰ ਬਹੁਤ ਹੀ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਅਸੀਂ ਇਹ ਧਿਆਨ ਰੱਖਣਾ ਹੈ ਕਿ ਕੋਰੋਨਾ ਹੁਣ ਵੀ ਉਨਾ ਹੀ ਘਾਤਕ ਹੈ ਜਿੰਨਾ ਸ਼ੁਰੂ ਵਿੱਚ ਸੀ ਇਸ ਲਈ ਅਸੀਂ ਪੂਰੀ ਸਾਵਧਾਨੀ ਵਰਤਣੀ ਹੈ ਚਿਹਰੇ ਤੇ ਮਾਸਕ ਲਗਾਉਣਾ ਜਾਂ ਗਮਛੇ ਦੀ ਵਰਤੋਂ ਕਰਨਾ 2 ਗਜ ਦੀ ਦੂਰੀ ਲਗਾਤਾਰ ਹੱਥ ਧੋਣਾ ਕਿਤੇ ਵੀ ਥੁੱਕਣਾ ਨਹੀਂ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ ਇਹ ਸਾਡੇ ਹਥਿਆਰ ਨੇ ਜੋ ਸਾਨੂੰ ਕਰੋਨਾ ਤੋਂ ਬਚਾ ਸਕਦੇ ਨੇ ਕਦੇ ਕਦੇ ਸਾਨੂੰ ਮਾਸਕ ਨਾਲ ਤਕਲੀਫ ਹੁੰਦੀ ਹੈ ਤੇ ਮਨ ਕਰਦਾ ਹੈ ਕਿ ਚਿਹਰੇ ਤੋਂ ਮਾਸਕ ਹਟਾ ਦਈਏ ਗੱਲਬਾਤ ਕਰਨਾ ਸ਼ੁਰੂ ਕਰਦੇ ਹਾਂ ਜਦੋਂ ਮਾਸਕ ਦੀ ਜ਼ਰੂਰਤ ਹੁੰਦੀ ਹੈ ਜ਼ਿਆਦਾ ਉਸ ਸਮੇਂ ਮਾਸਕ ਹਟਾ ਦਿੰਨੇ ਅਜਿਹੇ ਸਮੇਂ ਮੈਂ ਤੁਹਾਨੂੰ ਅਨੁਰੋਧ ਕਰਾਂਗਾ ਜਦ ਵੀ ਤੁਹਾਨੂੰ ਮਾਸਕ ਦੇ ਕਾਰਨ ਪਰੇਸ਼ਾਨੀ ਫੀਲ ਹੁੰਦੀ ਹੋਵੇ ਮਨ ਕਰਦਾ ਹੋਵੇ ਉਤਾਰ ਦੇਣਾ ਤਾਂ ਪਲ ਭਰ ਦੇ ਲਈ ਉਹਨਾਂ ਡਾਕਟਰਜ਼ ਨੂੰ ਯਾਦ ਕਰੋ ਉਹਨਾਂ ਨਰਸਾਂ ਨੂੰ ਯਾਦ ਕਰੋ ਉਹਨਾਂ ਕਰੋਨਾ ਵਾਰੀਅਰਜ਼ ਨੂੰ ਯਾਦ ਕਰੋ ਤੁਸੀਂ ਵੇਖੋਗੇ ਉਹ ਮਾਸਕ ਪਹਿਨ ਕੇ ਘੰਟਿਆਂ ਤੱਕ ਲਗਾਤਾਰ ਸਾਡੇ ਸਾਰਿਆਂ ਦੇ ਜੀਵਨ ਨੂੰ ਬਚਾਉਣ ਦੇ ਲਈ ਝੁਟੇ ਰਹਿੰਦੇ ਨੇ 8 8 10 10 ਘੰਟੇ ਤੱਕ ਮਾਸਕ ਪਨ ਕਿ ਰੱਖਦੇ ਨੇ ਕੀ ਉਹਨਾਂ ਨੂੰ ਤਕਲੀਫ ਨਹੀਂ ਹੁੰਦੀ ਹੋਏਗੀ ਥੋੜਾ ਜਿਹਾ ਉਹਨਾਂ ਨੂੰ ਯਾਦ ਕਰੋ ਤੁਹਾਨੂੰ ਵੀ ਲੱਗੇਗਾ ਕਿ ਸਾਨੂੰ ਇੱਕ ਨਾਗਰਿਕ ਦੇ ਨਾਤੇ ਇਸ ਵਿੱਚ ਜ਼ਰਾ ਵੀ ਕੁਤਾਈ ਨਹੀਂ ਵਰਤਣੀ ਹੈ ਤੇ ਨਾ ਹੀ ਕਿਸੇ ਨੂੰ ਵਰਤਨ ਦੇਣੀ ਹੈ ਇੱਕ ਪਾਸੇ ਅਸੀਂ ਕਰੋਨਾ ਦੇ ਖਿਲਾਫ ਲੜਾਈ ਨੂੰ ਪੂਰੀ ਚੌਕਸੀ ਤੇ ਸਾਵਧਾਨੀ ਦੇ ਨਾਲ ਲੜਨਾ ਤਾਂ ਦੂਸਰੇ ਪਾਸੇ ਸਖਤ ਮਿਹਨਤ ਨਾਲ ਕਾਰੋਬਾਰ ਨੌਕਰੀ ਪੜ੍ਹਾਈ ਜੋ ਵੀ ਫਰਜ਼ ਅਸੀਂ ਨਿਭਾਉਣੇ ਆ ਉਸ ਵਿੱਚ ਗਤੀ ਲਿਆਉਣੀ ਹੈ ਉਸ ਨੂੰ ਵੀ ਨਵੀਂ ਉਚਾਈ ਤੇ ਲੈ ਕੇ ਜਾਣਾ ਹੈ ਸਾਥੀਓ ਕਰੋਨਾ ਕਾਲ ਵਿੱਚ ਤਾਂ ਸਾਡੇ ਪਿੰਡੂ ਖੇਤਰਾ ਨੇ ਪੂਰੇ ਦੇਸ਼ ਨੂੰ ਦਿਸ਼ਾ ਵਿਖਾਈ ਹੈ ਪਿੰਡਾਂ ਤੋਂ ਸਥਾਨਿਕ ਨਾਗਰਿਕਾਂ ਦੇ ಗ್ರಾಮ ਪੰਚਾਇਤਾਂ ਦੇ ਅਨੇਕਾਂ ਚੰਗੇ ਯਤਨ ਲਗਾਤਾਰ ਸਾਹਮਣੇ ਆ ਰਹੇ ਨੇ ਜੰਮੂ ਵਿੱਚ ਇੱਕ ਗ੍ਰਾਮ ਤਰੇਵਾ ਗ੍ਰਾਮ ਪੰਚਾਇਤ ਹੈ ਉੱਥੇ ਦੀ ਸਰਪੰਚ ਹੈ ਬਲਬੀਰ ਕੌਰ ਜੀ ਮੈਨੂੰ ਦੱਸਿਆ ਗਿਆ ਕਿ ਬਲਬੀਰ ਕੌਰ ਜੀ ਨੇ ਆਪਣੀ ਪੰਚਾਇਤ ਵਿੱਚ 30 ਬੈੱਡ ਦਾ ਇੱਕ ਕੁয়ারੈਂਟਾਈਨ ਸੈਂਟਰ ਬਣਵਾਇਆ। ਪੰਚਾਇਤ ਆਉਣ ਵਾਲੇ ਰਸਤਿਆਂ ਤੇ ਪਾਣੀ ਦੀ ਵਿਵਸਥਾ ਕੀਤੀ। ਲੋਕਾਂ ਨੂੰ ਹੱਥ ਧੋਣ ਵਿੱਚ ਕੋਈ ਦਿੱਕਤ ਨਾ ਹੋਵੇ ਇਸ ਦਾ ਇੰਤਜ਼ਾਮ ਕਰਵਾਇਆ। ਇੰਨਾ ਹੀ ਨਹੀਂ ਇਹ ਬਲਬੀਰ ਕੌਰ ਜੀ ਖੁਦ ਆਪਣੇ ਮੋਢੇ ਤੇ ਸਪਰੇਅ ਪੰਪ ਟੰਗ ਕੇ ਵੌਲੰਟੀਅਰਜ਼ ਨਾਲ ਮਿਲ ਕੇ ਪੂਰੀ ਪੰਚਾਇਤ ਵਿੱਚ ਆਲੇ-ਦੁਆਲੇ ਦੇ ਖੇਤਰ ਵਿੱਚ ਸੈਨੀਟਾਈਜੇਸ਼ਨ ਦਾ ਕੰਮ ਵੀ ਕਰਦੇ ਨੇ। ਅਜੈ ਹੀ ਇੱਕ ਹੋਰ ਕਸ਼ਮੀਰੀ ਮਹਿਲਾ ਸਰਪੰਚ ਹੈ ਗਾਂਦਰਬਲ ਦੇ ਚੌਂਤਲੀਵਾਲ ਦੀ ਜੈਤੂਨਾ ਬੇਗਮ ਜੈਤੂਨਾ ਬੇਗਮ ਜੀ ਨੇ ਤੈਅ ਕੀਤਾ ਕਿ ਉਹਨਾਂ ਦੀ ਪੰਚਾਇਤ ਕਰੋਨਾ ਦੇ ਖਿਲਾਫ ਜੰਗ ਲੜੇਗੀ ਤੇ ਕਮਾਈ ਦੇ ਮੌਕੇ ਵੀ ਪੈਦਾ ਕਰੇਗੀ ਉਹਨਾਂ ਨੇ ਪੂਰੇ ਇਲਾਕੇ ਵਿੱਚ ਫ੍ਰੀ ਮਾਸਕ ਵੰਡੇ ਫ੍ਰੀ ਰਾਸ਼ਨ ਵੰਡਿਆ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਫਸਲਾਂ ਦੇ ਬੀਜ ਤੇ ਸੇਬ ਦੇ ਪੌਦੇ ਵੀ ਦਿੱਤੇ ਤਾਂ ਕਿ ਲੋਕਾਂ ਨੂੰ ਖੇਤੀ ਵਿੱਚ ਬਾਗਬਾਨੀ ਵਿੱਚ ਦਿੱਕਤ ਨਾ ਆਵੇ। ਸਾਥੀਓ, ਕਸ਼ਮੀਰ ਤੋਂ ਇੱਕ ਹੋਰ ਪ੍ਰੇਰਕ ਘਟਨਾ ਹੈ। ਇੱਥੇ ਅਨੰਤਨਾਗ ਵਿੱਚ ਮਿਊਨਿਸਪਲ ਪ੍ਰੈਜ਼ੀਡੈਂਟ ਨੇ ਸ਼੍ਰੀਮਾਨ ਮੁਹੰਮਦ ਇਕਬਾਲ ਉਹਨਾਂ ਨੂੰ ਆਪਣੇ ਇਲਾਕੇ ਵਿੱਚ ਸੈਨੀਟਾਈਜੇਸ਼ਨ ਦੇ ਲਈ ਸਪਰੇਅਰ ਦੀ ਜ਼ਰੂਰਤ ਸੀ। ਉਹਨਾਂ ਨੇ ਜਾਣਕਾਰੀ ਪ੍ਰਾਪਤ ਕੀਤੀ ਤੇ ਪਤਾ ਲੱਗਾ ਕਿ ਮਸ਼ੀਨ ਦੂਸਰੇ ਸ਼ਹਿਰ ਤੋਂ ਲਿਆਣੀ ਪਵੇਗੀ ਤੇ ਕੀਮਤ ਵੀ ਹੋਏਗੀ 6 ਲੱਖ ਰੁਪਏ। ਤਸ਼ਰੀਮਾਨ ਇਕਬਾਲ ਜੀ ਨੇ ਖੁਦ ਹੀ ਕੋਸ਼ਿਸ਼ ਕਰਕੇ ਆਪਣੇ ਆਪ ਸਪਰੇਅਰ ਮਸ਼ੀਨ ਬਣਾ ਲਈ ਤੇ ਉਹ ਵੀ ਸਿਰਫ 50000 ਰੁਪਏ ਵਿੱਚ ਅਜਾਏ ਕਿੰਨੇ ਹੀ ਹੋਰ ਉਦਾਹਰਣ ਨੇ ਪੂਰੇ ਦੇਸ਼ ਵਿੱਚ ਕੋਨੇ-ਕੋਨੇ ਵਿੱਚ ਅਜਈਆਂ ਕਈ ਪ੍ਰੇਰਕ ਘਟਨਾਵਾਂ ਰੋਜ਼ ਸਾਹਮਣੇ ਆਉਂਦੀਆਂ ਨੇ ਇਹ ਸਾਰੀਆਂ ਅਭਿਨੰਦਨ ਦਿਆਂ ਅਧਿਕਾਰੀ ਨੇ ਚੁਣੌਤੀ ਆਈ ਲੇਕਿਨ ਲੋਕਾਂ ਨੇ ਉਨੀ ਹੀ ਤਾਕਤ ਨਾਲ ਉਸ ਦਾ ਸਾਹਮਣਾ ਵੀ ਕੀਤਾ ਮੇਰੇ ਪਿਆਰੇ ਦੇਸ਼ਵਾਸੀਓ ਸਹੀ ਅਪਰੋਚ ਨਾਲ ਸਕਾਰਾਤਮਕ ਅਪਰੋਚ ਨਾਲ ਹਮੇਸ਼ਾ ਆਫਤ ਨੂੰ ਮੌਕੇ ਵਿੱਚ ਸੰਕਟ ਨੂੰ ਵਿਕਾਸ ਵਿੱਚ ਬਦਲਣ ਵਿੱਚ ਬਹੁਤ ਸਹਾਇਤਾ ਮਿਲਦੀ ਹੈ ਅਸੀਂ ਹੁਣ ਕਰੋਨਾ ਦੇ ਸਮੇਂ ਵੀ ਦੇਖ ਰਹੇ ਹਾਂ ਕਿ ਕਿਵੇਂ ਸਾਡੇ ਦੇਸ਼ ਦੇ ਨੌਜਵਾਨਾਂ ਔਰਤਾਂ ਨੇ ਆਪਣੇ ਟੈਲੈਂਟ ਤੇ ਸਕਿੱਲ ਦੇ ਦਮ ਤੇ ਕੁਝ ਨਵੇਂ ਪ੍ਰਯੋਗ ਸ਼ੁਰੂ ਕੀਤੇ ਨੇ ਬਿਹਾਰ ਵਿੱਚ ਕਈ ਊਮਨ ਸੈਲਫ ਹੈਲਪ ਗਰੁੱਪਸ ਨੇ ਮਧੂਬਨੀ ਪੇਂਟਿੰਗ ਵਾਲੇ ਮਾਸਕ ਬਣਾਉਣੇ ਸ਼ੁਰੂ ਕੀਤੇ ਨੇ ਤੇ ਵੇਖਦੇ ਹੀ ਵੇਖਦੇ ਇਹ ਬਹੁਤ ਪਪੂਲਰ ਹੋ ਗਏ ਨੇ ਇਹ ਮਧੂਬਨੀ ਮਾਸਕ ਇੱਕ ਤਰ੍ਹਾਂ ਨਾਲ ਆਪਣੀ ਰਵਾਇਤ ਦਾ ਪ੍ਰਚਾਰ ਤੇ ਕਰਦੇ ਹੀ ਨੇ ਲੋਕਾਂ ਨੂੰ ਸਿਹਤ ਦੇ ਨਾਲ ਰੋਜ਼ਗਾਰ ਵੀ ਦੇ ਰਹੇ ਨੇ ਤੁਸੀਂ ਜਾਣਦੇ ਹੋ ਨਾਰਥ-ਈਸਟ ਵਿੱਚ ਬੈਂਬੂ ਯਾਨੀ ਬਾੰਸ ਕਿੰਨੀ ਵੱਡੀ ਮਾਤਰਾ ਵਿੱਚ ਹੁੰਦਾ ਹੈ ਤੇ ਇਸੇ ਬਾੰਸ ਨਾਲ ਤ੍ਰਿਪੁਰਾ ਮਣੀਪੁਰ ਅਸਮ ਦੇ ਕਾਰੀਗਰਾਂ ਨੇ ਹਾਈ ਕੁਆਲਿਟੀ ਦੀ ਪਾਣੀ ਦੀ ਬੋਤਲ ਤੇ ਟਿਫਨ ਬਾਕਸ ਬਣਾਉਣਾ ਸ਼ੁਰੂ ਕੀਤਾ ਹੈ। ਬੈਂਬੂ ਨਾਲ ਤੁਸੀਂ ਜੇਕਰ ਇਸ ਦੀ ਕੁਆਲਿਟੀ ਵੇਖੋਗੇ ਤਾਂ ਭਰੋਸਾ ਨਹੀਂ ਹੋਏਗਾ ਕਿ ਬਾਸ ਦੀਆਂ ਬੋਤਲਾਂ ਵੀ ਇੰਨੀਆਂ ਸ਼ਾਨਦਾਰ ਹੋ ਸਕਦੀਆਂ ਨੇ। ਤੇ ਫਿਰ ਇਹ ਬੋਤਲਾਂ ਇਕੋ ਫ੍ਰੈਂਡਲੀ ਵੀ ਨੇ। ਇਹਨਾਂ ਨੂੰ ਜਦੋਂ ਬਣਾਉਂਦੇ ਨੇ ਤੇ ਬਾਸ ਨੂੰ ਪਹਿਲਾਂ ਨਿੰਮ ਤੇ ਦੂਸਰੇ ਔਸ਼ਧੀ ਯੁਕਤ ਪੌਦਿਆਂ ਦੇ ਨਾਲ ਉਬਾਲਿਆ ਜਾਂਦਾ ਹੈ। ਇਸ ਨਾਲ ਇੰਨਾ ਵਿੱਚ ਔਸ਼ਧੀ ਗੁਣ ਵੀ ਆਉਂਦੇ ਨੇ ਛੋਟੇ-ਛੋਟੇ ਸਥਾਨਿਕ ਪ੍ਰੋਡਕਟਸ ਨਾਲ ਕਿਵੇਂ ਵੱਡੀ ਸਫਲਤਾ ਮਿਲਦੀ ਹੈ ਇਸ ਦਾ ਇੱਕ ਉਦਾਹਰਣ ਝਾਰਖੰਡ ਤੋਂ ਵੀ ਮਿਲਦਾ ਹੈ ਝਾਰਖੰਡ ਦੇ ਬਿਸ਼ਨਪੁਰ ਵਿੱਚ ਇੰਨੀ ਦਿਨੀ 30 ਤੋਂ ਜ਼ਿਆਦਾ ਸਮੂਹ ਮਿਲ ਕੇ ਲੈਮਨ ਗ੍ਰਾਸ ਦੀ ਖੇਤੀ ਕਰ ਰਹੇ ਨੇ ਲੈਮਨ ਗ੍ਰਾਸ 4 ਮਹੀਨਿਆਂ ਵਿੱਚ ਤਿਆਰ ਹੋ ਜਾਂਦਾ ਹੈ ਤੇ ਉਸ ਦਾ ਤੇਲ ਬਾਜ਼ਾਰ ਵਿੱਚ ਚੰਗੀ ਕੀਮਤ ਤੇ ਵਿਕਦਾ ਹੈ ਇਸ ਦੀ ਅੱਜ ਕੱਲ੍ਹ ਕਾਫੀ ਮੰਗ ਵੀ ਹੈ ਮੈਂ ਦੇਸ਼ ਦੇ ਦੋ ਇਲਾਕਿਆਂ ਦੇ ਬਾਰੇ ਵਿੱਚ ਵੀ ਗੱਲ ਕਰਨਾ ਚਾਹੁੰਦਾ। ਦੋਵੇਂ ਇੱਕ ਦੂਸਰੇ ਤੋਂ ਸੈਂਕੜੇ ਕਿਲੋਮੀਟਰ ਦੂਰ ਨੇ ਤੇ ਆਪਣੇ ਆਪਣੇ ਤਰੀਕੇ ਦੇ ਨਾਲ ਭਾਰਤ ਨੂੰ ਆਤਮ ਨਿਰਪਰ ਬਣਾਉਣ ਦੇ ਲਈ ਕੁਝ ਨਿਵੇਕਲਾ ਕੰਮ ਕਰ ਰਹੇ ਨੇ। ਇੱਕ ਹੈ ਲਦਾਖ ਤੇ ਦੂਸਰਾ ਕੱਚ। ਲੇ ਤਾਂ ਲਦਾਖ ਦਾ ਨਾਂ ਸਾਹਮਣੇ ਆਉਂਦਿਆਂ ਹੀ ਖੂਬਸੂਰਤ ਵਾਦੀਆਂ ਤੇ ਉੱਚੇ-ਉੱਚੇ ਪਹਾੜਾਂ ਦੇ ਦ੍ਰਿਸ਼ ਸਾਡੇ ਸਾਹਮਣੇ ਆ ਜਾਂਦੇ ਨੇ। ਤਾਜ਼ੀ ਹਵਾ ਦੇ ਬੁੱਲੇ ਮਹਿਸੂਸ ਹੋਣ ਲੱਗਦੇ ਨੇ ਉੱਥੇ ਹੀ ਕੱਚ ਦਾ ਜ਼ਿਕਰ ਹੁੰਦਿਆਂ ਹੀ ਮਾਰੂਥਲ ਦੂਰ ਦੂਰ ਤੱਕ ਮਾਰੂਥਲ ਕਿਤੇ ਦਰਖਤ ਪੌਦਾ ਹੀ ਨਜ਼ਰ ਨਾ ਆਵੇ ਇਹ ਸਭ ਸਾਡੇ ਸਾਹਮਣੇ ਆ ਜਾਂਦਾ ਹੈ ਲਦਾਖ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦਾ ਫਲ ਹੁੰਦਾ ਜਿਸ ਦਾ ਨਾਮ ਚੂਲੀ ਜਾਂ ਐਪ੍ਰਿਕੋਟ ਯਾਨੀ ਖੁਰਮਾਨੀ ਹੈ ਇਹ ਫਸਲ ਇਸ ਖੇਤਰ ਦੀ ਇਕਨੋਮੀ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਪਲਾਈ ਚੇਨ ਮੌਸਮ ਦੀ ਮਾਰ ਵਰਗੀਆਂ ਅਨੇਕਾਂ ਚੁਣੌਤੀਆਂ ਨਾਲ ਇਹ ਜੂਝਦਾ ਰਹਿੰਦਾ ਹੈ ਇਸ ਦੀ ਘੱਟ ਤੋਂ ਘੱਟ ਬਰਬਾਦੀ ਹੋਵੇ ਇਸ ਦੇ ਲਈ ਅੱਜ ਕੱਲ ਇੱਕ ਨਵੀਂ ਇਨੋਵੇਸ਼ਨ ਦਾ ਇਸਤੇਮਾਲ ਸ਼ੁਰੂ ਹੋਇਆ ਇੱਕ ਡਿਊਲ ਸਿਸਟਮ ਹੈ ਜਿਸ ਦਾ ਨਾਂ ਹੈ ਸੋਲਰ ਐਪ੍ਰਿਕੋਟ ਡਰਾਇਰ ਐਂਡ ਸਪੇਸ ਹੀਟਰ ਇਹ ਕੁਰਬਾਨੀ ਤੇ ਦੂਸਰੇ ਹੋਰ ਫਲਾਂ ਤੇ ਸਬਜ਼ੀਆਂ ਨੂੰ ਜ਼ਰੂਰਤ ਦੇ ਅਨੁਸਾਰ ਸੁਕਾ ਸਕਦਾ ਹੈ ਤੇ ਉਹ ਵੀ ਹਾਈਜੈਨਿਕ ਤਰੀਕੇ ਨਾਲ ਪਹਿਲਾਂ ਜਦੋਂ ਖੁਰਮਾਨੀ ਨੂੰ ਖੇਤਾਂ ਦੇ ਕੋਲ ਸਕਾਉਂਦੇ ਸਨ ਤੇ ਇਸ ਨਾਲ ਬਰਬਾਦੀ ਤਾਂ ਹੁੰਦੀ ਹੀ ਸੀ। ਨਾਲ ਹੀ ਧੂੜ ਤੇ ਬਾਰਿਸ਼ ਤੇ ਪਾਣੀ ਦੀ ਵਜ੍ਹਾ ਨਾਲ ਫਲਾਂ ਦੀ ਕੁਆਲਿਟੀ ਵੀ ਪ੍ਰਭਾਵਿਤ ਹੁੰਦੀ ਸੀ। ਦੂਸਰੇ ਪਾਸੇ ਅੱਜਕੱਲ ਕੱਚ ਵਿੱਚ ਕਿਸਾਨ ਡ੍ਰੈਗਨ ਫਰੂਟਸ ਦੀ ਖੇਤੀ ਦੇ ਲਈ ਪ੍ਰਸ਼ੰਸਾਯੋਗ ਕੋਸ਼ਿਸ਼ ਕਰ ਰਹੇ ਨੇ। ਬਹੁਤ ਸਾਰੇ ਲੋਕ ਜਦੋਂ ਸੁਣਦੇ ਨੇ ਤਾਂ ਉਹਨਾਂ ਨੂੰ ਹੈਰਾਨੀ ਹੁੰਦੀ ਹੈ। ਕੱਚ ਤੇ ਡ੍ਰੈਗਨ ਫਰੂਟਸ ਲੇਕਿਨ ਉੱਥੇ ਅੱਜ ਕਈ ਕਿਸਾਨ ਇਸ ਕੰਮ ਵਿੱਚ ਜੁਟੇ ਹੋਏ ਨੇ ਫਲ ਦੀ ਗੁਣਵੱਤਾ ਤੇ ਘੱਟ ਜ਼ਮੀਨ ਵਿੱਚ ਜ਼ਿਆਦਾ ਪੈਦਾਵਾਰ ਨੂੰ ਲੈ ਕੇ ਕਾਫੀ ਇਨੋਵੇਸ਼ਨ ਕੀਤੇ ਜਾ ਰਹੇ ਨੇ ਮੈਨੂੰ ਦੱਸਿਆ ਗਿਆ ਹੈ ਕਿ ਡ੍ਰੈਗਨ ਫਰੂਟਸ ਲਗਾਤਾਰ ਹਰਮਨ ਪਿਆਰੇ ਹੋ ਰਹੇ ਨੇ ਵਿਸ਼ੇਸ਼ ਕਰਕੇ ਨਾਸ਼ਤੇ ਵਿੱਚ ਵਰਤੋਂ ਕਾਫੀ ਵਧੀ ਹੈ ਕੱਚ ਦੇ ਕਿਸਾਨਾਂ ਦਾ ਸੰਕਲਪ ਹੈ ਕਿ ਦੇਸ਼ ਨੂੰ ਡ੍ਰੈਗਨ ਫਰੂਟਸ ਦਾ ਆਯਾਤ ਨਾ ਕਰਨਾ ਪਵੇ ਇਹੀ ਤਾਂ ਆਤਮ ਨਿਰਭਰਤਾ ਦੀ ਗੱਲ ਹੈ ਸਾਥੀਓ ਜਦੋਂ ਅਸੀਂ ਕੁਝ ਨਵਾਂ ਕਰਨ ਦਾ ਸੋਚਦੇ ਹਾਂ ਇਨੋਵੇਟਿਵ ਸੋਚਦੇ ਹਾਂ ਤਾਂ ਅਜਿਹੇ ਕਈ ਕੰਮ ਵੀ ਸੰਭਵ ਹੋ ਜਾਂਦੇ ਨੇ ਜਿਨ੍ਹਾਂ ਦੀ ਆਮ ਤੌਰ ਤੇ ਕੋਈ ਕਲਪਨਾ ਨਹੀਂ ਕਰਦਾ ਜਿਵੇਂ ਕਿ ਬਿਹਾਰ ਦੇ ਕੁਝ ਨੌਜਵਾਨਾਂ ਨੂੰ ਹੀ ਲੈ ਲਓ ਪਹਿਲਾਂ ਇਹ ਆਮ ਨੌਕਰੀ ਕਰਦੇ ਸਨ ਇੱਕ ਦਿਨ ਉਹਨਾਂ ਨੇ ਤੈਅ ਕੀਤਾ ਕਿ ਉਹ ਮੋਤੀ ਯਾਨੀ ਪਰਲਸ ਦੀ ਖੇਤੀ ਕਰਨਗੇ ਉਹਨਾਂ ਦੇ ਖੇਤਰ ਵਿੱਚ ਲੋਕਾਂ ਨੂੰ ਇਸ ਬਾਰੇ ਬਹੁਤਾ ਪਤਾ ਨਹੀਂ ਸੀ ਲੇਕਿਨ ਇਹਨਾਂ ਲੋਕਾਂ ਨੇ ਪਹਿਲਾਂ ਸਾਰੀ ਜਾਣਕਾਰੀ ਇਕੱਠੀ ਕੀਤੀ ਜੈਪੁਰ ਤੇ ਭੁਵਨੇਸ਼ਵਰ ਜਾ ਕੇ ਟ੍ਰੇਨਿੰਗ ਲਈ ਤੇ ਆਪਣੇ ਪਿੰਡ ਵਿੱਚ ਹੀ ਮੋਤੀ ਦੀ ਖੇਤੀ ਸ਼ੁਰੂ ਕਰ ਦਿੱਤੀ ਅੱਜ ਇਹ ਆਪ ਤਾਂ ਇਸ ਨਾਲ ਕਾਫੀ ਕਮਾਈ ਕਰ ਹੀ ਰਹੇ ਨੇ ਉਹਨਾਂ ਨੇ ਮੁਜ਼ਫਰਪੁਰ ਬੇਗੂਸਰਾਈ ਤੇ ਪਟਨਾ ਵਿੱਚ ਹੋਰ ਰਾਜਾਂ ਤੋਂ ਵਾਪਸ ਪਰਤੇ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਦੀ ਟ੍ਰੇਨਿੰਗ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ ਕਿੰਨੇ ਹੀ ਲੋਕਾਂ ਦੇ ਲਈ ਇਸ ਨਾਲ ਆਤਮ ਨਿਰਭਰਤਾ ਦੇ ਰਸਤੇ ਖੁੱਲ ਗਏ ਨੇ ਸਾਥੀਓ ਹੁਣ ਕੁਝ ਦਿਨਾਂ ਬਾਅਦ ਰਖੜੀ ਦਾ ਪਵਿੱਤਰ ਤਿਉਹਾਰ ਆ ਰਿਹਾ ਹੈ ਮੈਂ ਇਨੀ ਦਿਨੀ ਵੇਖ ਰਿਹਾ ਕਿ ਕਈ ਲੋਕ ਤੇ ਸੰਸਥਾਵਾਂ ਇਸ ਵਾਰ ਰਖੜੀ ਨੂੰ ਵੱਖਰੇ ਤਰੀਕੇ ਨਾਲ ਮਨਾਉਣ ਦੀ ਮੁਹਿੰਮ ਚਲਾ ਰਹੀਆਂ ਨੇ ਕਈ ਲੋਕ ਇਸ ਨੂੰ ਵੋਕਲ ਫਾਰ ਲੋਕਲ ਨਾਲ ਵੀ ਜੋੜ ਰਹੇ ਨੇ ਤੇ ਗੱਲ ਵੀ ਸਹੀ ਹੈ ਸਾਡੇ ਤਿਉਹਾਰਾਂ ਦੇ ਮੌਕੇ ਸਾਡੇ ਸਮਾਜ ਦੇ ਸਾਡੇ ਘਰ ਦੇ ਨੇੜੇ ਹੀ ਕਿਸੇ ਵਿਅਕਤੀ ਦਾ ਵਪਾਰ ਵਧੇ ਉਸ ਦਾ ਵੀ ਤਿਉਹਾਰ ਖੁਸ਼ਹਾਲ ਹੋਵੇ ਤਾਂ ਉਦੋਂ ਤਿਉਹਾਰ ਦਾ ਆਨੰਦ ਕੁਝ ਹੋ ਰਹੀ ਹੋ ਜਾਂਦਾ ਹੈ ਸਾਰੇ ਦੇਸ਼ ਵਾਸੀਆਂ ਨੂੰ ਰਖੜੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਸਾਥਿਓ 7 ਅਗਸਤ ਨੂੰ ਨੈਸ਼ਨਲ ਹੈਂਡਲੂਮ ਡੇ ਹੈ ਭਾਰਤ ਦਾ ਹੈਂਡਲੂਮ ਸਾਡਾ ਹੈਂਡੀਕਰਾਫਟ ਆਪਣੇ ਆਪ ਵਿੱਚ ਸੈਂਕੜੇ ਵਰਿਆਂ ਦਾ ਮਾਣ ਮੱਤਾ ਇਤਿਹਾਸ ਸਮੇਟੀ ਬੈਠੇ ਨੇ ਸਾਡੇ ਸਾਰਿਆਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਨਾ ਸਿਰਫ ਭਾਰਤੀ ਹੈਂਡਲੂਮ ਤੇ ਹੈਂਡੀਕਰਾਫਟ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੀਏ ਬਲਕਿ ਇਸ ਦੇ ਬਾਰੇ ਵਿੱਚ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦੱਸਣਾ ਵੀ ਚਾਹੀਦਾ ਹੈ ਕਿ ਭਾਰਤ ਦਾ ਹੈਂਡਲੂਮ ਤੇ ਹੈਂਡੀਕਰਾਫਟ ਕਿੰਨਾ ਰਿਚ ਹੈ ਇਸ ਵਿੱਚ ਕਿੰਨੀ ਵਿਭਿੰਨਤਾ ਹੈ ਇਹ ਦੁਨੀਆ ਜਿੰਨਾ ਜ਼ਿਆਦਾ ਜਾਣੇਗੀ ਉਨਾ ਹੀ ਸਾਡੇ ਲੋਕਲ ਕਾਰੀਗਰਾਂ ਤੇ ਬੁਨਕਰਾਂ ਨੂੰ ਲਾਭ ਹੋਏਗਾ ਸਾਥੀਓ ਖਾਸ ਤੌਰ ਤੇ ਮੇਰੇ ਨੌਜਵਾਨ ਸਾਥੀਓ ਸਾਡਾ ਦੇਸ਼ ਬਦਲ ਰਿਹਾ ਹੈ ਕਿਵੇਂ ਬਦਲ ਰਿਹਾ ਹੈ ਕਿੰਨੀ ਤੇਜ਼ੀ ਨਾਲ ਬਦਲ ਰਿਹਾ ਹੈ ਕਿਹੜੇ ਕਿਹੜੇ ਖੇਤਰਾਂ ਵਿੱਚ ਬਦਲ ਰਿਹਾ ਹੈ ਇੱਕ ਸਕਾਰਾਤਮਕ ਸੋਚ ਨਾਲ ਜੇਕਰ ਵੇਖੀਏ ਤਾਂ ਅਸੀਂ ਖੁਦ ਹੈਰਾਨ ਰਹਿ ਜਾਵਾਂਗੇ ਇੱਕ ਸਮਾਂ ਸੀ ਜਦੋਂ ਖੇਡਾਂ ਤੋਂ ਲੈ ਕੇ ਹੋਰ ਸੈਕਟਰਸ ਵਿੱਚ ਜ਼ਿਆਦਾਤਰ ਲੋਕ ਜਾਂ ਤਾਂ ਵੱਡੇ ਵੱਡੇ ਸ਼ਹਿਰਾਂ ਤੋਂ ਹੁੰਦੇ ਸਨ ਜਾਂ ਵੱਡੇ ਵੱਡੇ ਪਰਿਵਾਰਾਂ ਤੋਂ ਜਾਂ ਫਿਰ ਨਾਮੀ ਗ੍ਰਾਮੀ ਸਕੂਲ ਜਾਂ ਕਾਲਜ ਤੋਂ ਹੁੰਦੇ ਸਨ ਹੁਣ ਦੇਸ਼ ਬਦਲ ਰਿਹਾ ਹੈ ਪਿੰਡਾਂ ਤੋਂ ਛੋਟੇ ਸ਼ਹਿਰਾਂ ਤੋਂ ਆਮ ਪਰਿਵਾਰਾਂ ਤੋਂ ਸਾਡੇ ਨੌਜਵਾਨ ਅੱਗੇ ਆ ਰਹੇ ਨੇ ਸਫਲਤਾ ਦੇ ਨਵੇਂ ਸਿਖਰ ਛੂ ਰਹੇ ਨੇ ਇਹ ਲੋਕ ਸੰਕਟਾਂ ਦੇ ਵਿੱਚਕਾਰ ਵੀ ਨਵੇਂ-ਨਵੇਂ ਸੁਪਨੇ ਲੈ ਕੇ ਅੱਗੇ ਵਧ ਰਹੇ ਨੇ ਕੁਝ ਅਜਿਹੀ ਸਾਨੂੰ ਅਜੇ ਹੁਣੇ ਹੀ ਜੋ ਬੋਰਡ ਐਗਜ਼ਾਮ ਦੇ ਰਿਜ਼ਲਟ ਆਏ ਉਸ ਵਿੱਚ ਵੀ ਦਿਖਾਈ ਦਿੰਦਾ ਹੈ ਅੱਜ ਮਨ ਕੀ ਬਾਤ ਵਿੱਚ ਕੁਝ ਅਜਿਹੇ ਹੀ ਪ੍ਰਤਿਭਾਵਾਨ ਬੇਟੇ-ਬੇਟੀਆਂ ਨਾਲ ਗੱਲ ਕਰਦੇ ਹਾਂ ਅਜਹੀ ਹੀ ਇੱਕ ਪ੍ਰਤਿਭਾਵਾਨ ਬੇਟੀ ਹੈ ਕ੍ਰਿਤਿਕਾ ਨਾਂਦਲ ਕ੍ਰਿਤਿਕਾ ਜੀ ਹਰਿਆਣਾ ਵਿੱਚ ਪਾਣੀਪਤੋਂ ਨੇ ਹੈਲੋ ਕ੍ਰਿਤਿਕਾ ਜੀ ਨਮਸਤੇ ਨਮਸਤੇ ਸਰ ਇਨੇ ਚੰਗੇ ਨਤੀਜੇ ਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈ ਧੰਨਵਾਦ ਸਰ ਤੇ ਤੁਸੀਂ ਤਾਂ ਇੰਨੇ ਦਿਨੀ ਟੈਲੀਫੋਨ ਤੇ ਗੱਲ ਕਰਦਿਆਂ ਕਰਦਿਆਂ ਹੀ ਥੱਕ ਗਏ ਹੋਵੋਗੇ ਇਨੇ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਜੀ ਸਰ ਤੇ ਜਿਹੜੇ ਲੋਕ ਵਧਾਈ ਦਿੰਦੇ ਨੇ ਉਹ ਵੀ ਫਖਰ ਮਹਿਸੂਸ ਕਰਦੇ ਹੋਣਗੇ ਕਿ ਉਹ ਤੁਹਾਨੂੰ ਜਾਣਦੇ ਨੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਸਰ ਬਹੁਤ ਹੀ ਚੰਗਾ ਲੱਗ ਰਿਹਾ ਹੈ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾ ਕੇ ਖੁਦ ਨੂੰ ਵੀ ਇੰਨਾ ਪ੍ਰਾਊਡ ਫੀਲ ਹੋ ਰਿਹਾ ਹੈ ਅੱਛਾ ਇਹ ਦੱਸੋ ਕਿ ਤੁਹਾਡੀ ਸਭ ਤੋਂ ਵੱਡੀ ਪ੍ਰੇਰਣਾ ਕੌਣ ਹੈ ਸਰ ਮੇਰੀ ਮੰਮੀ ਹੈ ਸਭ ਤੋਂ ਵੱਡੀ ਪ੍ਰੇਰਣਾ ਤਾਂ ਮੇਰੀ ਵਾਹ ਅੱਛਾ ਹੁਣ ਮੰਮੀ ਤੋਂ ਤੁਸੀਂ ਕੀ ਸਿੱਖ ਰਹੇ ਹੋ ਸਰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਮੁਸ਼ਕਲਾਂ ਵੇਖੀਆਂ ਫਿਰ ਵੀ ਉਹ ਇੰਨੀ ਬੋਲਡ ਤੇ ਸਟਰੋਂਗ ਨੇ ਸਰ ਉਹਨਾਂ ਨੂੰ ਵੇਖ-ਵੇ ਕੇ ਇੰਨੀ ਪ੍ਰੇਰਣਾ ਮਿਲਦੀ ਹੈ ਕਿ ਮੈਂ ਵੀ ਉਹਨਾਂ ਦੇ ਵਾਂਗ ਹੀ ਬਣਾ। ਮਾਂ ਕਿੰਨੀ ਪੜ੍ਹੀ ਲਿਖੀ ਹੈ? ਸਰ, ਬੀਏ ਪਾਸ ਕੀਤੀ ਹੋਈ ਹੈ ਉਹਨਾਂ ਨੇ। ਬੀਏ ਕੀਤੀ ਹੋਈ ਹੈ। ਜੀ ਸਰ। ਅੱਛਾ ਤਾਂ ਮਾਂ ਤੁਹਾਨੂੰ ਸਿਖਾਉਂਦੀ ਵੀ ਹੋਏਗੀ? ਜੀ ਸਰ, ਸਿਖਾਉਂਦੀ ਹੈ। ਦੁਨੀਆਦਾਰੀ ਦੇ ਬਾਰੇ ਹਰ ਗੱਲ ਦੱਸਦੀ ਹੈ। ਉਹ ਡਾਂਟਦੀ ਵੀ ਹੋਏਗੀ? ਜੀ ਸਰ, ਡਾਂਟਦੀ ਵੀ ਹੈ। ਅੱਛਾ ਬੇਟਾ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ? ਸਰ, ਮੈਂ ਡਾਕਟਰ ਬਣਨਾ ਚਾਹੁੰਦੀ ਹਾਂ। ਬਈ ਵਾਹ। ਐਮਬੀਬੀਐਸ ਵੇਖੋ ਡਾਕਟਰ ਬੰਨਾ ਆਸਾਨ ਕੰਮ ਨਹੀਂ ਹੈ ਜੀ ਸਰ ਡਿਗਰੀ ਤਾਂ ਪ੍ਰਾਪਤ ਕਰ ਲਵੋਗੇ ਕਿਉਂਕਿ ਤੁਸੀਂ ਬਹੁਤ ਹੁਸ਼ਿਆਰ ਹੋ ਬੇਟਾ ਲੇਕਿਨ ਡਾਕਟਰ ਦਾ ਜੋ ਜੀਵਨ ਹੈ ਉਹ ਸਮਾਜ ਦੇ ਲਈ ਬਹੁਤ ਸਮਰਪਿਤ ਹੁੰਦਾ ਹੈ ਜੀ ਸਰ ਉਹ ਕਦੇ ਰਾਤ ਨੂੰ ਚੈਨ ਨਾਲ ਸੌਂ ਵੀ ਨਹੀਂ ਸਕਦਾ ਕਦੇ ਪੇਸ਼ੈਂਟ ਦਾ ਫੋਨ ਆ ਜਾਂਦਾ ਹੈ ਹਸਪਤਾਲ ਤੋਂ ਫੋਨ ਆ ਜਾਂਦਾ ਹੈ ਤਾਂ ਫਿਰ ਦੌੜਨਾ ਪੈਂਦਾ ਹੈ ਯਾਨੀ ਇੱਕ ਤਰ੍ਹਾਂ ਨਾਲ 24/7 365 ਡੇਸ ਡਾਕਟਰ ਦੀ ਜ਼ਿੰਦਗੀ ਲੋਕਾਂ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ। ਯੈਸ ਸਰ। ਤੇ ਖਤਰਾ ਵੀ ਰਹਿੰਦਾ ਹੈ ਕਿਉਂਕਿ ਕਦੇ ਪਤਾ ਨਹੀਂ ਅੱਜ ਕੱਲ੍ਹ ਦੀਆਂ ਜਿਸ ਪ੍ਰਕਾਰ ਦੀਆਂ ਬਿਮਾਰੀਆਂ ਨੇ ਤਾਂ ਡਾਕਟਰ ਦੇ ਸਾਹਮਣੇ ਵੀ ਬਹੁਤ ਵੱਡਾ ਸੰਕਟ ਰਹਿੰਦਾ ਹੈ। ਜੀ ਸਰ। ਅੱਛਾ ਕ੍ਰਿਤਿਕਾ ਹਰਿਆਣਾ ਦਾ ਖੇਡਾਂ ਵਿੱਚ ਪੂਰੇ ਹਿੰਦੁਸਤਾਨ ਦੇ ਲਈ ਹਮੇਸ਼ਾ ਹੀ ਪ੍ਰੇਰਣਾ ਦੇਣ ਵਾਲਾ ਉਤਸ਼ਾਹ ਦੇਣ ਵਾਲਾ ਰਾਜ ਰਿਹਾ ਹੈ। ਹਾਂਜੀ ਸਰ। ਤਾਂ ਕੀ ਤੁਸੀਂ ਵੀ ਕਿਸੇ ਖੇਡ ਵਿੱਚ ਹਿੱਸਾ ਲੈਂਦੇ ਹੋ? ਕੋਈ ਖੇਡ ਪਸੰਦ ਹੈ ਤੁਹਾਨੂੰ? ਸਰ ਬਾਸਕਟਬਾਲ ਖੇਡਦੇ ਸੀ ਸਕੂਲ ਵਿੱਚ। ਚੰਗਾ। ਤੁਹਾਡੀ ਉਚਾਈ ਕਿੰਨੀ ਹੈ? ਜ਼ਿਆਦਾ ਹੈ ਉਚਾਈ? ਨਹੀਂ ਸਰ 5 ਫੁੱਟ 2 ਇੰਚ ਹੈ। اچھا ਤਾਂ ਫਿਰ ਤੁਹਾਡੇ ਖੇਡ ਨੂੰ ਪਸੰਦ ਕਰਦੇ ਨੇ। ਸਰ ਉਹ ਤਾਂ ਬਸ ਪੈਸ਼ਨ ਹੈ। ਖੇਡ ਲੰਦੇ ਹਾਂ। اچھا اچھا। ਚਲੋ ਕ੍ਰਿਤਿਕਾ ਜੀ ਆਪਣੇ ਮਾਤਾ ਜੀ ਨੂੰ ਮੇਰੇ ਵੱਲੋਂ ਪ੍ਰਣਾਮ ਕਹਿਣਾ। ਉਹਨਾਂ ਨੇ ਤੁਹਾਨੂੰ ਇਸ ਪ੍ਰਕਾਰ ਨਾਲ ਯੋਗ ਬਣਾਇਆ। ਤੁਹਾਡੇ ਜੀਵਨ ਨੂੰ ਬਣਾਇਆ। ਤੁਹਾਡੀ ਮਾਤਾ ਜੀ ਨੂੰ ਪ੍ਰਣਾਮ ਤੇ ਤੁਹਾਨੂੰ ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ ਸਰ। ਆਓ ਹੁਣ ਅਸੀਂ ਚੱਲਦੇ ਹਾਂ ਕੇਰਲਾ ਅਰਨਾਕुलम ਕੇਰਲਾ ਦੇ ਨੌਜਵਾਨ ਨਾਲ ਗੱਲ ਕਰਾਂਗੇ ਹੈਲੋ ਨਮਸਕਾਰ ਸੋ ਵਿਨਾਇਕ ਕੰਗratulations ਹਾਂ ਥੈਂਕ ਯੂ ਸਰ ਸ਼ਾਬਾਸ਼ ਵਿਨਾਇਕ ਸ਼ਾਬਾਸ਼ ਥੈਂਕ ਯੂ ਸਰ ਕਿਵੇਂ ਹੈ ਜੋਸ਼ ਬਹੁਤ ਜ਼ਿਆਦਾ ਸਰ ਕੀ ਤੁਸੀਂ ਕੋਈ ਖੇਡ ਖੇਡਦੇ ਹੋ ਬੈਡਮਿੰਟਨ ਬੈਡਮਿੰਟਨ ਹਾਂ ਯੈਸ ਸਕੂਲ ਵਿੱਚ ਖੇਡਦੇ ਹੋ ਜਾਂ ਤੁਹਾਨੂੰ ਕੋਈ ਟ੍ਰੇਨਿੰਗ ਦਾ ਮੌਕਾ ਮਿਲਿਆ ਨਹੀਂ ਸਰ ਸਾਨੂੰ ਸਕੂਲ ਵਿੱਚ ਪਹਿਲਾਂ ਕੁਝ ਟ੍ਰੇਨਿੰਗ ਮਿਲੀ ਸੀ ਹਾਂ ਹਾਂ ਸਾਡੇ ਅਧਿਆਪਕਾਂ ਤੋਂ ਹਾਂ ਹਾਂ ਇਸ ਕਰਕੇ ਸਾਨੂੰ ਬਾਹਰ ਵੀ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਵਾਹ ਸਕੂਲ ਵੱਲੋਂ ਹੀ ਤੁਸੀਂ ਕਿੰਨੇ ਰਾਜਾਂ ਵਿੱਚ ਗਏ ਹੋ ਮੈਂ ਸਿਰਫ ਕੇਰਲਾ ਤੇ ਤਾਮਿਲਨਾਡੂ ਵਿੱਚ ਗਿਆ ਹਾਂ ਸਿਰਫ ਕੇਰਲਾ ਤੇ ਤਾਮਿਲਨਾਡੂ ਹਾਂ ਸਰ ਕੀ ਤੁਸੀਂ ਦਿੱਲੀ ਆਉਣਾ ਪਸੰਦ ਕਰੋਗੇ ਹਾਂ ਸਰ ਹੁਣ ਮੈਂ ਦਿੱਲੀ ਯੂਨੀਵਰਸਿਟੀ ਵਿੱਚ ਆਪਣੀ ਉੱਚ ਸਿੱਖਿਆ ਲਈ ਅਪਲਾਈ ਕੀਤਾ ਹੈ ਅੱਛਾ ਫਿਰ ਤੁਸੀਂ ਦਿੱਲੀ ਆ ਰਹੇ ਹੋ हां यस सर मेनू ਦਸੋ ਕਿ ਆਉਣ ਵਾਲੇ ਬੋਰਡ ਇਮਤਿਹਾਨਾਂ ਵਿੱਚ ਕੀ ਤੁਸੀਂ ਆਪਣੇ ਸਾਥੀ ਵਿਦਿਆਰਥੀਆਂ ਲਈ ਕੋਈ ਸੰਦੇਸ਼ ਦੇਣਾ ਚਾਹੋਗੇ ਸਖਤ ਮਿਹਨਤ ਅਤੇ ਸਮੇਂ ਦੀ ਉਚਿਤ ਵਰਤੋਂ اچھا ਸਮੇਂ ਦਾ ਸਹੀ ਪ੍ਰਬੰਧਨ ਕਰਨਾ हां सर ਵਿਨਾਇਕ ਮੈਂ ਤੁਹਾਡੀਆਂ ਹੌਬੀਜ਼ ਜਾਨਣਾ ਚਾਹਾਂਗਾ ਬੈਡਮਿੰਟਨ ਅਤੇ ਰੋਇੰਗ اچھا ਤੇ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਸਰ ਸਾਨੂੰ ਸਕੂਲ ਵਿੱਚ ਇਲੈਕਟ੍ਰੋਨਿਕ ਆਈਟਮ ਜਾਂ ਉਪਕਰਨਾ ਦੀ ਵਰਤੋਂ ਦੀ ਮਨਾਹੀ ਹੈ ਤਾਂ ਤੁਸੀਂ ਭਾਗਸ਼ਾਲੀ ਹੋ ਹਾਂ ਸਰ ਅੱਛਾ ਵਿਨਾਇਕ ਫਿਰ ਤੋਂ ਤੁਹਾਨੂੰ ਇੱਕ ਵਾਰ ਵਧਾਈ ਤੇ ਸ਼ੁਭ ਕਾਮਨਾਵਾਂ ਥੈਂਕ ਯੂ ਸਰ ਆਓ ਅਸੀਂ ਉੱਤਰ ਪ੍ਰਦੇਸ਼ ਚੱਲਦੇ ਹਾਂ ਉੱਤਰ ਪ੍ਰਦੇਸ਼ ਵਿੱਚ ਅਮਰੋਹਾ ਦੇ ਸ਼੍ਰੀਮਾਨ ਉਸਮਾਨ ਸੈਫੀ ਨਾਲ ਗੱਲ ਕਰਾਂਗੇ ਹੈਲੋ ਉਸਮਾਨ ਬਹੁਤ ਬਹੁਤ ਵਧਾਈ ਤੁਹਾਨੂੰ ਢੇਰਾਂ ਵਧਾਈਆਂ ਥੈਂਕ ਯੂ ਸਰ ਅੱਛਾ ਉਸਮਾਨ ਤੁਸੀਂ ਦੱਸੋ ਕਿ ਤੁਸੀਂ ਜੋ ਚਾਇਆ ਸੀ ਉਹੀ ਰਿਜ਼ਲਟ ਮਿਲਿਆ ਕਿ ਕੁਝ ਘਟ ਆਇਆ ਨਹੀਂ ਜੋ ਚਾਇਆ ਸੀ ਉਹੀ ਉਹ ਮਿਲਿਆ ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਸੀ ਵਾਹ اچھا ਪਰਵਾਰ ਵਿੱਚ ਹੋਰ ਭਰਾ ਵੀ ਇੰਨੇ ਹੁਸ਼ਿਆਰੀ ਨੇ ਕਿ ਘਰ ਵਿੱਚ ਤੁਸੀਂ ਹੀ ਹੋ ਜੋ ਇੰਨੇ ਹੁਸ਼ਿਆਰ ਹੋ ਸਿਰਫ ਮੈਂ ਹੀ ਹਾਂ ਮੇਰਾ ਭਰਾ ਤਾਂ ਥੋੜਾ ਜਿਹਾ ਸ਼ਰਾਰਤੀ ਹੈ ਹਾਂ ਹਾਂ ਅ ਬਾਕੀ ਮੈਨੂੰ ਲੈ ਕੇ ਬਹੁਤ ਖੁਸ਼ ਰਹਿੰਦਾ ਹੈ اچھا 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 ਤੁਸੀਂ ਜਦੋਂ ਪੜ ਰਹੇ ਸੀ ਉਸਮਾਨ ਤੁਹਾਡਾ ਪਸੰਦੀਦਾ ਵਿਸ਼ਾ ਕੀ ਸੀ ਮੈਥਮੈਟਿਕਸ ਬਈ ਵਾ ਤਾਂ ਕੀ ਮੈਥਮੈਟਿਕਸ ਵਿੱਚ ਕੀ ਰੁਚੀ ਰਹਿੰਦੀ ਸੀ ਕਿਵੇਂ ਹੋਇਆ ਕਿਸ ਟੀਚਰ ਨੇ ਤੁਹਾਨੂੰ ਪ੍ਰੇਰਿਤ ਕੀਤਾ ਜੀ ਸਾਡੇ ਇੱਕ ਸਬਜੈਕਟ ਟੀਚਰ ਰਜਤ ਸਰ ਉਹਨਾਂ ਨੇ ਮੈਨੂੰ ਬਹੁਤ ਪ੍ਰੇਰਣਾ ਦਿੱਤੀ ਤੇ ਉਹ ਬਹੁਤ ਚੰਗਾ ਪੜ੍ਹਾਉਂਦੇ ਨੇ ਤੇ ਮੈਥਮੈਟਿਕਸ ਸ਼ੁਰੂ ਤੋਂ ਹੀ ਮੇਰਾ ਚੰਗਾ ਰਿਹਾ ਏ ਉਹ ਕਾਫੀ ਇੰਟਰਸਟਿੰਗ ਸਬਜੈਕਟ ਵੀ ਏ ਹੂੰ ਤਾਂ ਜਿੰਨਾ ਜ਼ਿਆਦਾ ਕਰਦੇ ਆ ਉਹਨਾਂ ਜ਼ਿਆਦਾ ਇੰਟਰਸਟ ਆਉਂਦਾ ਏ ਇਸ ਲਈ ਮੇਰਾ ਫੇਵਰਟ ਸਬਜੈਕਟ ਹੈ ਹਮਮ ਤੁਹਾਨੂੰ ਪਤਾ ਹੈ ਕਿ ਆਨਲਾਈਨ ਵੈਦਿਕ ਮੈਥਮੈਟਿਕਸ ਦੀਆਂ ਕਲਾਸਿਸ ਚੱਲ ਰਹੀਆਂ ਨੇ ਯੈਸ ਸਰ ਤਾਂ ਕਦੇ ਟਰਾਈ ਕੀਤਾ ਇਸ ਲਈ ਨਹੀਂ ਸਰ ਅਜੇ ਨਹੀਂ ਕੀਤਾ ਤੁਸੀਂ ਵੇਖੋ ਤੁਹਾਡੇ ਬਹੁਤ ਸਾਰੇ ਦੋਸਤਾਂ ਨੂੰ ਲੱਗੇਗਾ ਜਿਵੇਂ ਤੁਸੀਂ ਜਾਦੂਗਰ ਹੋ ਕਿਉਂਕਿ ਕੰਪਿਊਟਰ ਦੀ ਸਪੀਡ ਨਾਲ ਤੁਸੀਂ ਗਿਣਤੀ ਕਰ ਸਕਦੇ ਹੋ ਵੈਦਿਕ ਮੈਥਮੈਟਿਕਸ ਦੀ ਬਹੁਤ ਸੌਖੀਆਂ ਟੈਕਨੀਕਸ ਨੇ ਤੇ ਅੱਜਕੱਲ ਉਹ ਆਨਲਾਈਨ ਵੀ ਅਵੇਲੇਬਲ ਹੁੰਦੀਆਂ ਨੇ ਜੀ ਸਰ ਕਿਉਂਕਿ ਤੁਹਾਡਾ ਮੈਥਮੈਟਿਕਸ ਵਿੱਚ ਵੀ ਇੰਟਰਸਟ ਹੈ ਤਾਂ ਬਹੁਤ ਸਾਰੀਆਂ ਨਵੀਆਂ-ਨਵੀਆਂ ਚੀਜ਼ਾਂ ਵੀ ਤੁਸੀਂ ਵੇਖ ਸਕਦੇ ਹੋ ਜੀ ਸਰ ਅੱਛਾ ਉਸਮਾਨ ਖਾਲੀ ਸਮੇਂ ਵਿੱਚ ਕੀ ਕਰਦੇ ਹੋ ਖਾਲੀ ਸਮੇਂ ਵਿੱਚ ਮੈਂ ਸਰ ਕੁਝ ਨਾ ਕੁਝ ਲਿਖਦਾ ਰਹਿੰਦਾ ਮੈਨੂੰ ਲਿਖਣ ਵਿੱਚ ਬਹੁਤ ਇੰਟਰਸਟ ਹੈ ਬਈ ਵਾਹ ਮਤਲਬ ਤੁਸੀਂ ਮੈਥਮੈਟਿਕਸ ਵਿੱਚ ਵੀ ਰੁਚੀ ਲੈਂਦੇ ਹੋ ਲਿਟਰੇਚਰ ਵਿੱਚ ਵੀ ਰੁਚੀ ਲੈਂਦੇ ਹੋ yes sir ਕੀ ਲਿਖਦੇ ਹੋ ਕਵਿਤਾਵਾਂ ਲਿਖਦੇ ਹੋ ਸ਼ਾਇਰੀ ਲਿਖਦੇ ਹੋ ਕੁਝ ਵੀ ਕਰੰਟ ਅਫੇਅਰ ਨਾਲ ਰਿਲੇਟਡ ਕੋਈ ਵੀ ਟੌਪਿਕ ਹੋਵੇ ਉਸਤੇ ਲਿਖਦਾ ਰਹਿੰਦਾ ਹਾਂ 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 ਨਵੀਂ ਨਵੀਂ ਜਾਣਕਾਰੀ ਮਿਲਦੀ ਰਹਿੰਦੀ ਹੈ ਜਿਵੇਂ GST ਚੱਲਿਆ ਸੀ ਤੇ ਸਾਡੀ ਨੋਟਬੰਦੀ ਸਾਰੀਆਂ ਚੀਜ਼ਾਂ ਬਈ ਵਾਹ ਤਾਂ ਤੁਸੀਂ ਕਾਲਜ ਦੀ ਪੜ੍ਹਾਈ ਕਰਨ ਦੇ ਲਈ ਅੱਗੇ ਦਾ ਕੀ ਪਲਾਨ ਬਣਾ ਰਹੇ ਹੋ ਕਾਲਜ ਦੀ ਪੜ੍ਹਾਈ ਸਰ ਮੇਰਾ JEE ਮੇਨਸ ਦਾ ਫਰਸਟ ਅਟੈਂਪਟ ਕਲੀਅਰ ਹੋ ਚੁੱਕਾ ਹੈ ਤੇ ਮੈਂ ਸਤੰਬਰ ਦੇ ਲਈ ਸੈਕੰਡ ਅਟੈਂਪਟ ਵਿੱਚ ਹੁਣ ਬੈਠਾਂਗਾ ਮੇਰਾ ਮੇਨ ਏਮ ਹੈ ਕਿ ਮੈਂ ਪਹਿਲਾਂ IIT ਤੋਂ ਪਹਿਲਾਂ ਬੈਚਲਰ ਡਿਗਰੀ ਲਵਾਂ ਤੇ ਉਸ ਤੋਂ ਬਾਅਦ ਸਿਵਲ ਸਰਵਿਸਿਜ਼ ਵਿੱਚ ਜਾਵਾਂ ਤੇ ਇੱਕ ਆਈਏਐਸ ਅਫਸਰ ਬਣਾ। ਬਈ ਵਾਹ। ਅੱਛਾ ਤੁਸੀਂ ਟੈਕਨੋਲੋਜੀ ਵਿੱਚ ਵੀ ਰੁਚੀ ਲੈਂਦੇ ਹੋ? ਯੈਸ ਸਰ। ਇਸ ਲਈ ਮੈਂ ਆਈਟੀ ਆਪਟ ਕੀਤਾ ਹੈ। ਫਸਟ ਟਾਈਮ ਬੈਸਟ ਆਈਆਈਟੀ ਦਾ। ਅੱਛਾ ਚਲੋ ਉਸਮਾਨ ਮੇਰੇ ਵੱਲੋਂ ਬਹੁਤ ਸ਼ੁਭਕਾਮਨਾਵਾਂ ਤੇ ਤੁਹਾਡਾ ਭਾਈ ਸ਼ਰਾਰਤੀ ਹੈ ਤਾਂ ਤੁਹਾਡਾ ਸਮਾਂ ਵੀ ਚੰਗਾ ਗੁਜ਼ਰਦਾ ਹੋਏਗਾ ਤੇ ਆਪਣੇ ਮਾਤਾ ਪਿਤਾ ਜੀ ਨੂੰ ਵੀ ਮੇਰੇ ਵੱਲੋਂ ਪ੍ਰਣਾਮ ਕਹਿਣਾ। ਉਹਨਾਂ ਨੇ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਮੌਕਾ ਦਿੱਤਾ ਹੌਸਲਾ ਬੁਲੰਦ ਕੀਤਾ ਤੇ ਇਹ ਮੈਨੂੰ ਚੰਗਾ ਲੱਗਾ ਕਿ ਤੁਸੀਂ ਪੜ੍ਹਾਈ ਦੇ ਨਾਲ ਨਾਲ ਕਰੰਟ ਇਸ਼ੂਜ਼ ਦਾ ਅਧਿਐਨ ਵੀ ਕਰਦੇ ਹੋ ਤੇ ਲਿਖਦੇ ਵੀ ਹੋ ਵੇਖੋ ਲਿਖਣ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਹਾਡੇ ਵਿਚਾਰਾਂ ਵਿੱਚ ਸ਼ਾਰਪਨੈਸ ਆਉਂਦੀ ਹੈ ਬਹੁਤ ਬਹੁਤ ਚੰਗਾ ਫਾਇਦਾ ਹੁੰਦਾ ਹੈ ਲਿਖਣ ਨਾਲ ਤਾਂ ਬਹੁਤ ਬਹੁਤ ਵਧਾਈ ਮੇਰੇ ਵੱਲੋਂ ਥੈਂਕ ਯੂ ਸਰ ਆਓ ਚਲੋ ਫਿਰ ਇੱਕਦਮ ਹਿਠਾ ਸਾਊਥ ਵਿੱਚ ਚਲੇ ਜਾਂਦੇ ਹਾਂ ਤਾਮਿਲਨਾਡੂ ਨਾਮਾਕਲ ਤੋਂ ਬੇਟੀ ਕਨੇਗਾ ਨਾਲ ਗੱਲ ਕਰਾਂਗੇ ਤੇ ਕਨੇਗਾ ਦੀ ਗੱਲ ਤਾਂ ਬਹੁਤ ਹੀ ਇਨਸਪੀਰੇਸ਼ਨਲ ਹੈ ਕਨੇਗਾ ਜੀ ਵੜਕਮ ਵੜਕਮ ਸਰ ਕੀ ਹਾਲ ਹੈ ਤੁਹਾਡਾ ਚੰਗਾ ਹੈ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੀ ਸ਼ਾਨਦਾਰ ਸਫਲਤਾ ਲਈ ਵਧਾਈ ਦੇਣਾ ਚਾਹਾਂਗਾ ਥੈਂਕ ਯੂ ਸਰ ਜਦੋਂ ਮੈਂ ਨਾਮਕਲ ਬਾਰੇ ਸੁਣਦਾ ਤੇ ਮੈਨੂੰ ਅੰਜਾ ਨૈયਰ ਮੰਦਿਰ ਯਾਦ ਆਉਂਦਾ ਹੈ ਹਾਂ ਸਰ ਹੁਣ ਮੈਂ ਤੁਹਾਡੇ ਨਾਲ ਗੱਲਬਾਤ ਨੂੰ ਵੀ ਯਾਦ ਰੱਖਾਂਗਾ ਹਾਂ ਸਰ ਤਾਂ ਇੱਕ ਵਾਰ ਫਿਰ ਤੋਂ ਵਧਾਈ ਧੰਨਵਾਦ ਸਰ ਤੁਸੀਂ ਇਮਤਿਹਾਨਾਂ ਲਈ ਬਹੁਤ ਸਖਤ ਮਿਹਨਤ ਕੀਤੀ ਹੈ ਇਸ ਤਿਆਰੀ ਦੇ ਦੌਰਾਨ ਤੁਹਾਡਾ ਕੀ ਤਜਰਬਾ ਰਿਹਾ ਸਰ ਅਸੀਂ ਸ਼ੁਰੂ ਤੋਂ ਹੀ ਬਹੁਤ ਮਿਹਨਤ ਕਰਦੇ ਰਹੇ ਹਾਂ ਫਿਰ ਮੈਂ ਇਸ ਨਤੀਜੇ ਦੀ ਆਸ ਨਹੀਂ ਸੀ ਰੱਖਦੀ ਪਰ ਮੈਂ ਚੰਗੀ ਤਰ੍ਹਾਂ ਲਿਖਿਆ ਇਸ ਕਰਕੇ ਮੇਰਾ ਨਤੀਜਾ ਚੰਗਾ ਆਇਆ ਤੁਹਾਨੂੰ ਕੀ ਆਸ ਸੀ ਮੈਨੂੰ ਲੱਗਦਾ ਸੀ 485 486 ਇਸ ਤਰ੍ਹਾਂ ਹੀ ਕੁਝ ਤੇ ਹੁਣ 490 ਤੁਹਾਡੇ ਪਰਿਵਾਰਕ ਮੈਂਬਰਾਂ ਤੇ ਅਧਿਆਪਕਾਂ ਦੀ ਕੀ ਪ੍ਰਤੀਕਿਰਿਆ ਸੀ ਉਹ ਬਹੁਤ ਖੁਸ਼ ਸਨ ਅਤੇ ਉਹਨਾਂ ਨੂੰ ਬਹੁਤ ਮਾਣ ਸੀ ਤੁਹਾਡਾ ਪਸੰਦੀਦਾ ਵਿਸ਼ਾ ਕੀ ਹੈ ਗਣਿਤ ਹੁਣ ਤੁਹਾਡੀਆਂ ਭਾਵੀ ਯੋਜਨਾਵਾਂ ਕੀ ਨੇ ਮੈਂ ਡਾਕਟਰ ਬੰਨਣਾ ਚਾਹੁੰਦੀ ਹਾਂ ਜੇਕਰ ਸੰਭਵ ਹੋ ਸਕੇ ਆ ਤਾਂ ਐਫ ਐਮ ਸੀ ਵਿੱਚ ਕੀ ਤੁਹਾਡੇ ਪਰਿਵਾਰਕ ਮੈਂਬਰ ਵੀ ਮੈਡੀਕਲ ਪ੍ਰੋਫੈਸ਼ਨ ਵਿੱਚ ਨੇ ਜਾਂ ਕੁਝ ਹੋਰ ਕਰਦੇ ਨੇ ਨਹੀਂ ਸਰ ਮੇਰੇ ਪਿਤਾ ਜੀ ਡਰਾਈਵਰ ਹਨ ਅਤੇ ਮੇਰੀ ਭੈਣ ਐਮ ਬੀ ਬੀ ਐਸ ਦੀ ਸਟੱਡੀ ਕਰ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪਿਤਾ ਜੀ ਨੂੰ ਪ੍ਰਣਾਮ ਕਰਦਾ ਜੋ ਤੁਹਾਡੀ ਤੇ ਤੁਹਾਡੀ ਭੈਣ ਦੀ ਦੇਖਭਾਲ ਕਰ ਰਹੇ ਨੇ ਉਹ ਬਹੁਤ ਮਹਾਨ ਕੰਮ ਕਰ ਰਹੇ ਨੇ ਹਾਂ ਸਰ ਉਹ ਸਾਰਿਆਂ ਲਈ ਪ੍ਰੇਰਣਾ ਨੇ ਹਾਂ ਸਰ ਮੈਂ ਤੁਹਾਨੂੰ ਤੁਹਾਡੀ ਭੈਣ ਤੇ ਤੁਹਾਡੇ ਪਿਤਾ ਤੇ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਧੰਨਵਾਦ ਸਰ ਸਾਥੀਓ ਅਜੇ ਹੋਰ ਵੀ ਕਿੰਨੇ ਨੌਜਵਾਨ ਦੋਸਤ ਨੇ ਮੁਸ਼ਕਲ ਹਾਲਾਤ ਵਿੱਚ ਵੀ ਜਿਨ੍ਹਾਂ ਦੇ ਹੌਸਲੇ ਦੀਆਂ ਜਿਨ੍ਹਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਸਾਨੂੰ ਪ੍ਰੇਰਿਤ ਕਰਦੀਆਂ ਨੇ ਮੇਰਾ ਮਨ ਸੀ ਕਿ ਜਿਆਦਾ ਤੋਂ ਜਿਆਦਾ ਮੈਨੂੰ ਨੌਜਵਾਨ ਸਾਥੀਆਂ ਨਾਲ ਗੱਲ ਕਰਨ ਦਾ ਮੌਕਾ ਮਿਲੇ ਲੇਕਿਨ ਸਮੇਂ ਦੀਆਂ ਵੀ ਕੁਝ ਸੀਮਾਵਾਂ ਹੁੰਦੀਆਂ ਨੇ ਮੈਂ ਸਾਰੇ ਨੌਜਵਾਨ ਸਾਥੀਆਂ ਨੂੰ ਇਹ ਅਨੁਰੋਧ ਕਰਾਂਗਾ ਕਿ ਉਹ ਆਪਣੀ ਕਹਾਣੀ ਆਪਣੀ ਜ਼ੁਬਾਨੀ ਜੋ ਦੇਸ਼ ਨੂੰ ਪ੍ਰੇਰਿਤ ਕਰ ਸਕੇ ਉਹ ਸਾਡੇ ਸਾਰਿਆਂ ਦੇ ਨਾਲ ਜ਼ਰੂਰ ਸਾਂਝਾ ਕਰਨ ਮੇਰੇ ਪਿਆਰੇ ਦੇਸ਼ਵਾਸੀਓ ਸੱਤ ਸਮੁੰਦਰ ਪਾਰ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਇੱਕ ਛੋਟਾ ਜਿਹਾ ਦੇਸ਼ ਹੈ ਇਸ ਦਾ ਨਾਂ ਹੈ ਸੁਰਿਨਾਮ ਭਾਰਤ ਦੇ ਸੁਰਿਨਾਮ ਨਾਲ ਬਹੁਤ ਹੀ ਨਜ਼ਦੀਕੀ ਸੰਬੰਧ ਨੇ 100 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਭਾਰਤ ਤੋਂ ਲੋਕ ਉੱਥੇ ਗਏ ਤੇ ਉਸ ਨੂੰ ਹੀ ਆਪਣਾ ਘਰ ਬਣਾ ਲਿਆ ਅੱਜ ਚੌਥੀ ਪੰਜਵੀਂ ਪੀੜ੍ਹੀ ਉੱਥੇ ਹੈ ਅੱਜ ਸੁਰਿਨਾਮ ਵਿੱਚ 1/4 ਤੋਂ ਜ਼ਿਆਦਾ ਲੋਕ ਭਾਰਤੀ ਮੂਲ ਦੇ ਨੇ ਕੀ ਤੁਸੀਂ ਜਾਣਦੇ ਹੋ ਕਿ ਉੱਥੋਂ ਦੀਆਂ ਆਮ ਭਾਸ਼ਾਵਾਂ ਵਿੱਚ ਇੱਕ ਸਰਨਾਮੀ ਵੀ ਪੋਜਪੂਰੀ ਦੀ ਹੀ ਇੱਕ ਬੋਲੀ ਹੈ ਇਨ੍ਹਾਂ ਸਭਿਆਚਾਰਕ ਸੰਬੰਧਾਂ ਨੂੰ ਲੈ ਕੇ ਅਸੀਂ ਭਾਰਤੀ ਕਾਫੀ ਫਖਰ ਮਹਿਸੂਸ ਕਰਦੇ ਹਾਂ ਹੁਣੇ ਜਈ ਹੀ ਸ਼੍ਰੀ ਚੰ드్రਕਾ ਪ੍ਰਸਾਦ ਸੰਤੋਖੀ ਸੂਰੀ ਨਾਮ ਦੇ ਨਵੇਂ ਰਾਸ਼ਟਰਪਤੀ ਬਣੇ ਉਹ ਭਾਰਤ ਦੇ ਮਿੱਤਰ ਨੇ ਤੇ ਉਹਨਾਂ ਨੇ ਸਾਲ 2018 ਵਿੱਚ ਆਯੋਜਿਤ ਪਰਸਨ ਆਫ ਇੰਡੀਅਨ ਓਰੀਜਨ ਪਾਰਲੀਮੈਂਟਰੀ ਕਾਨਫਰੰਸ ਵਿੱਚ ਹਿੱਸਾ ਵੀ ਲਿਆ ਸੀ ਸ਼੍ਰੀ ਚੰ드్రਕਾ ਪ੍ਰਸਾਦ ਸੰਤੋਖੀ ਜੀ ਨੇ ਸਾਉਂ ਦੀ ਸ਼ੁਰੂਆਤ ਵੇਦ ਮੰਤਰਾਂ ਦੇ ਨਾਲ ਕੀਤੀ ਉਹ ਸੰਸਕ੍ਰਿਤ ਵਿੱਚ ਬੋਲੇ ਉਹਨਾਂ ਨੇ ਵੇਦਾਂ ਦਾ ਵਰਣਨ ਕੀਤਾ ਤੇ ਓਮ ਸ਼ਾਂਤੀ 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 ਦੇ ਨਾਲ ਆਪਣੀ ਸੌਂ ਪੂਰੀ ਕੀਤੀ ਆਪਣੇ ਹੱਥ ਵਿੱਚ ਵੇਦ ਲੈ ਕੇ ਉਹ ਬੋਲੇ ਮੈਂ ਚੰਦ੍ਰਿਕਾ ਪ੍ਰਸਾਦ ਸੰਤੋਖੀ ਤੇ ਅੱਗੇ ਉਹਨਾਂ ਨੇ ਸੌਂ ਵਿੱਚ ਕੀ ਕੀਤਾ ਉਹਨਾਂ ਨੇ ਵੇਦ ਦੇ ਹੀ ਇੱਕ ਮੰਤਰ ਦਾ ਉਚਾਰਨ ਕੀਤਾ ਉਹਨਾਂ ਨੇ ਕਿਹਾ ਓਮ ਅਗਨੇ ਵਰਤ ਪਤੇ ਵਰਤਮ ਚਰਸ਼ਿਆਮੀ ਤਛਕੇਯਮ ਤਨਮੇ ਰਾਧਯਤਾਮ ਇਦ ਮਹਮਨ ਰਤਾਤ ਸਤਯ ਮੋਪੈਮੀ ਯਾਨੀ ਹੇ ਅਗਨੀ ਸੰਕਲਪ ਦੇ ਦੇਵਤਾ ਮੈਂ ਇੱਕ ਪ੍ਰਤੀਗਿਆ ਕਰ ਰਿਹਾ ਮੈਨੂੰ ਇਸ ਦੇ ਲਈ ਸ਼ਕਤੀ ਤੇ ਸਮਰੱਥਾ ਪ੍ਰਦਾਨ ਕਰੋ ਮੈਨੂੰ ਝੂਠ ਤੋਂ ਦੂਰ ਰਹਿਣ ਤੇ ਸੱਚਵਲ ਜਾਣ ਦਾ ਆਸ਼ੀਰਵਾਦ ਪ੍ਰਦਾਨ ਕਰੋ ਸੱਚ ਵਿੱਚ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਮੈਂ ਸ਼੍ਰੀ ਚੰਦਰਕਾ ਪ੍ਰਸਾਦ ਸੰਤੋਖੀ ਨੂੰ ਵਧਾਈ ਦਿਨਾਂ ਤੇ ਆਪਣੀ ਰਾਸ਼ਟਰ ਦੀ ਸੇਵਾ ਕਰਨ ਲਈ 130 ਕਰੋੜ ਭਾਰਤ ਵਾਸੀਆਂ ਵੱਲੋਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿਨਾਂ ਮੇਰੇ ਪਿਆਰੇ ਦੇਸ਼ ਵਾਸੀਓ ਇਸ ਸਮੇਂ ਬਾਰਿਸ਼ ਦਾ ਮੌਸਮ ਵੀ ਹੈ ਪਿਛਲੀ ਵਾਰ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਬਰਸਾਤ ਵਿੱਚ ਗੰਦਗੀ ਤੇ ਉਸ ਨਾਲ ਹੋਣ ਵਾਲੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ ਹਸਪਤਾਲਾਂ ਵਿੱਚ ਭੀੜ ਵੀ ਵੱਧ ਜਾਂਦੀ ਹੈ ਇਸ ਲਈ ਤੁਸੀਂ ਸਾਫ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਦਿਓ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ ਆਯੁਰਵੈਦਿਕ ਕਾੜਾ ਵਗੈਰਾ ਲੈਂਦੇ ਰਹੋ ਕਰੋਨਾ ਸੰਕਰਮਣ ਦੇ ਸਮੇਂ ਵਿੱਚ ਅਸੀਂ ਹੋਰ ਬਿਮਾਰੀਆਂ ਤੋਂ ਦੂਰ ਰਹੀਏ ਸਾਨੂੰ ਹਸਪਤਾਲਾਂ ਦੇ ਚੱਕਰ ਨਾ ਲਾਉਣੇ ਪੈਣ ਇਸ ਦਾ ਪੂਰਾ ਧਿਆਨ ਰੱਖਣਾ ਹੋਏਗਾ ਸਾਥੀਓ ਬਾਰਿਸ਼ ਦੇ ਮੌਸਮ ਵਿੱਚ ਦੇਸ਼ ਦਾ ਇੱਕ ਵੱਡਾ ਹਿੱਸਾ ਹੜ ਨਾਲ ਵੀ ਜੂਝ ਰਿਹਾ ਹੈ ਬਿਹਾਰ ਅਸਮ ਵਰਗੇ ਰਾਜਾਂ ਦੇ ਕਈ ਖੇਤਰਾਂ ਵਿੱਚ ਤਾਂ ਹੜ ਨੇ ਕਾਫੀ ਮੁਸ਼ਕਲਾਂ ਪੈਦਾ ਕੀਤੀਆਂ ਹੋਈਆਂ ਨੇ ਯਾਨੀ ਇੱਕ ਪਾਸੇ ਕਰੋਨਾ ਹੈ ਤਾਂ ਦੂਸਰੇ ਪਾਸੇ ਇਹ ਇੱਕ ਹੋਰ ਚੁਣੌਤੀ ਹੈ ਅਜੇ ਵਿੱਚ ਸਾਰੀਆਂ ਸਰਕਾਰਾਂ ਐਨ ਡੀ ਆਰ ਐਫ ਦੀਆਂ ਟੀਮਾਂ ਰਾਜ ਦੀਆਂ ਆਪਦਾ ਨਿਯੰਤਰਣ ਟੀਮਾਂ ਸਵੈ ਸੇਵੀ ਸੰਸਥਾਵਾਂ ਸਾਰੇ ਇਕੱਠੇ ਮਿਲ ਕੇ ਜੁਟੇ ਹੋਏ ਨੇ ਹਰ ਤਰ੍ਹਾਂ ਦੇ ਨਾਲ ਰਾਹਤ ਤੇ ਬਚਾਅ ਦੇ ਕੰਮ ਕਰ ਰਹੇ ਨੇ ਇਸ ਆਫਤ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਪੂਰਾ ਦੇਸ਼ ਖੜਾ ਹੈ ਸਾਥਿਓ ਅਗਲੀ ਵਾਰੀ ਜਦੋਂ ਆਪਾਂ ਮਨ ਕੀ ਬਾਤ ਵਿੱਚ ਮਿਲਾਂਗੇ ਉਸ ਤੋਂ ਪਹਿਲਾਂ ਹੀ 15 ਅਗਸਤ ਵੀ ਆਉਣ ਵਾਲਾ ਹੈ ਇਸ ਵਾਰੀ 15 ਅਗਸਤ ਵੀ ਵੱਖਰੇ ਹਾਲਾਤ ਵਿੱਚ ਹੋਏਗਾ ਕਰੋਨਾ ਮਹਾਮਾਰੀ ਦੀ ਇਸ ਆਫਤ ਵਿੱਚ ਹੋਏਗਾ ਮੇਰਾ ਆਪਣੇ ਨੌਜਵਾਨਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਅਨੁਰੋਧ ਹੈ ਕਿ ਅਸੀਂ ਆਜ਼ਾਦੀ ਦਿਵਸ ਤੇ ਮਹਾਮਾਰੀ ਤੋਂ ਆਜ਼ਾਦੀ ਦਾ ਸੰਕਲਪ ਲਈਏ ਆਤਮ ਨਿਰਪਰ ਭਾਰਤ ਦਾ ਸੰਕਲਪ ਲਈਏ ਕੁਝ ਨਵਾਂ ਸਿੱਖਣ ਤੇ ਸਿਖਾਉਣ ਦਾ ਸੰਕਲਪ ਲਈਏ ਆਪਣੇ ਫਰਜ਼ਾਂ ਦੇ ਪਾਲਣ ਦਾ ਸੰਕਲਪ ਲਈਏ ਸਾਡਾ ਦੇਸ਼ ਅੱਜ ਜਿਸ ਉਚਾਈ ਤੇ ਹੈ ਉਹ ਕਈ ਅਜਈਆਂ ਮਹਾਨ ਸ਼ਖਸੀਅਤਾਂ ਦੀ ਤਪੱਸਿਆ ਦੀ ਵਜ੍ਹਾ ਨਾਲ ਹੈ ਜਿਨ੍ਹਾਂ ਨੇ ਰਾਸ਼ਟਰ ਨਿਰਮਾਣ ਦੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਉਹਨਾਂ ਮਹਾਨ ਸ਼ਖਸੀਤਾਂ ਵਿੱਚੋਂ ਇੱਕ ਹੈ ਲੋਕਮਾਨਯ ਤਿਲਕ 1 ਅਗਸਤ 2020 ਨੂੰ ਲੋਕਮਾਨਯ ਤਿਲਕ ਜੀ ਦੀ 100ਵੀਂ ਵਰ੍ਹੇਗੰਢ ਹੈ ਲੋਕਮਾਨਯ ਤਿਲਕ ਜੀ ਦਾ ਜੀਵਨ ਸਾਡੇ ਸਾਰਿਆਂ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਸਿਖਾਉਂਦਾ ਹੈ ਅਗਲੀ ਵਾਰ ਜਦੋਂ ਅਸੀਂ ਮਿਲਾਂਗੇ ਤਾਂ ਫੇਰ ਢੇਰ ਸਾਰੀਆਂ ਗੱਲਾਂ ਕਰਾਂਗੇ ਮਿਲ ਕੇ ਕੁਝ ਨਵਾਂ ਸਿੱਖਾਂਗੇ ਇਸ ਸਾਰਿਆਂ ਨਾਲ ਸਾਂਝਾ ਕਰਾਂਗੇ ਹੁਣ ਤੁਸੀਂ ਆਪਣਾ ਖਿਆਲ ਰੱਖੋ ਤੇ ਸਵਸਥ ਰੋ ਸਾਰੇ ਦੇਸ਼ ਵਾਸੀਆਂ ਨੂੰ ਆਉਣ ਵਾਲੇ ਸਾਰੇ ਤਿਉਹਾਰਾਂ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਬਹੁਤ ਬਹੁਤ ਧੰਨਵਾਦ